ਤੁਸੀਂ ਬੈਠਿਓ ਜਿਲ੍ਹਾ 'ਚ ਜੋ ਕੁਛ ਕਰਦੇ ਹੋ ਹੱਥ ਬੰਨ੍ਹ ਕੇ ਬੇਨਤੀ ਆ ਯਾਰ ਹੱਥ ਬੰਨ੍ਹ ਕੇ ਮੈਂ ਬੇਨਤੀ ਕਰਦਾ ਆ ਤੁਸੀਂ ਕਹਿੰਦੇ ਹੋ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਹ ਕਹਿੰਦੇ ਹੋ ਅਸੀਂ ਬੜੇ ਆਦਰਸ਼ ਮਈਆ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਈ ਸਾਰਿਆਂ ਨੂੰ ਤੁਸੀਂ ਪੰਜਾਬ ਦੇ ਪੁੱਤ ਹੋਗੇ ਤੁਸੀਂ ਗਲਤ ਰਾਹ ਤੇ ਚਲੇ ਗਏ ਜਾਂ ਤੁਹਾਨੂੰ ਗਲਤ ਰਾਹ ਤੇ ਤੋਰ ਦਿੱਤਾ ਗਿਆ ਓ ਯਾਰ ਇੱਕ ਤਾਂ ਗੱਲ ਸਮਝ ਲਓ ਕਿਤੇ ਤਾਂ ਮੁਕਾਉਂਗੇ ਇਹ ਗੱਲ ਕਿ ਮੁੱਕੂਗੀ ਨਹੀਂ ਉਨ ਇੱਕ ਦਾ ਕਤਲ ਹੋ ਗਿਆ ਫਿਰ ਦੂਜੇ ਦਾ ਕਰ ਦੋ ਦੂਜਾ ਦੂਜੇ ਦੇ ਕਰ ਦੇਣਗੇ ਦੂਜੇ ਦੂਜੇ ਦੇ ਇਹ ਗੱਲ ਆਪਾਂ ਕਿਤੇ ਮਕਾਉਣੀ ਆ ਨਾ ਵੱਡਾ ਦਿਲ ਨਹੀਂ ਕਰ ਸਕਦੇ ਮੈਂ ਬੰਬੀਹੇ ਦੇ ਘਰੇ ਗਿਆ ਬੰਬੀਹੇ ਦੀ ਮਾਂ ਨਾਲ ਗੱਲ ਕੀਤੀ ਬੰਬੀਹੇ ਦੀ ਮਾਂ ਵਿਚਾਰੀ ਡਰੀ ਹੋਈ ਸੀਗੀ ਬੰਬੀਹਾ ਮਿਲਿਆ ਮੈਂ ਬੰਬੀਹੇ ਨੂੰ ਕਿਹਾ ਤੈਨੂੰ ਤੇਰੀ ਮਾਂ ਯਾਦ ਨਹੀਂ ਆਉਂਦੀ ਘਰ ਛੱਡਿਆ ਹੈ ਤੂੰ ਰੋਣ ਲੱਗ ਗਿਆ ਸੀ ਉਹ ਇੰਟਰਵਿਊ ਦੇ ਅੰਦਰ ਮੈਂ ਸ਼ੇਰੇ ਖੁੱਬਣ ਦੇ ਘਰੇ ਗਿਆ ਮੈਂ ਵਿੱਕੀ ਗੌਂਡਰ ਦੇ ਘਰੇ ਗਿਆ ਗੁਰਪ੍ਰੀ ਸੇਖੋਂ ਦੇ ਘਰੇ ਗਿਆ ਇਨਾ ਸਾਰਿਆਂ ਦੇ ਘਰੇ ਜਾ ਕੇ ਮੈਂ ਸਿਰਫ ਉਹ ਕਹਾਣੀਆਂ ਦਿਖਾਉਣਾ ਚਾਹੁੰਦਾ ਸੀਗਾ ਇਹ ਸਾਰੇ ਮੁੰਡੇ ਮੈਨੂੰ ਫੋਨ ਕਰਨ ਲੱਗੇ ਆਪਦੀਆਂ ਕਹਾਣੀਆਂ ਦੱਸਣ ਲੱਗੇ ਕੋਈ ਜੇਲ੍ਹਾਂ ਚੋਂ ਕਰਨ ਲੱਗੇ ਕੋਈ ਕਿਤੋਂ ਕਰਨ ਲੱਗ ਗਿਆ ਸਾਰੇ ਕਹਿੰਦੇ ਸੀ ਅਸੀਂ ਭਗ ਸਿੰਘ ਨੂੰ ਸਾਡਾ ਅਦਸ਼ਮਾਨਦੇ ਆ ਆਪਣਾ ਸਾਰੇ ਜਦੋਂ ਫੋਨ ਕਰਦੇ ਆ ਕਹਿੰਦੇ ਅਸੀਂ ਸੰਤਾਂ ਮਹਾਤਮਾਵਾਂ ਨੂੰ ਆਪਣੇ ਦਰਸ਼ਮਾਨਦੇ ਆ ਪੀਰਾਂ ਨੂੰ ਮੰਨਦੇ ਆ ਫਕੀਰਾਂ ਨੂੰ ਮੰਨਦੇ ਆ ਯਾਰ ਮਾਵਾਂ ਦੇ ਪੁੱਤ ਮਾਰ-ਮਾਰ ਕੇ ਅਸੀਂ ਕਿੱਧਰ ਨੂੰ ਲੈ ਜਾਾਂਗੇ ਪੰਜਾਬ ਇਹ ਜਿਹੜਾ ਤੁਸੀਂ ਕਹਿੰਦੇ ਹੋ ਪੋਸਟਾਂ ਪਾ ਪਾ ਕੇ ਸਾਰੇ ਹੱਥ ਬਨ ਕੇ ਬੇਨਤੀ ਕਰਦਾ ਯਾਰ ਤੁਹਾਨੂੰ ਹੱਥ ਬਨ ਕੇ ਮੇਰੀ ਬੇਨਤੀ ਹੈਗੀ ਬਿੰਪੀ ਚੰਦਪਾਨ ਕੌਣ ਸੀਗਾ ਦਸਵਿੰਦਰ ਰੌਕੀ ਕੌਣ ਸੀਗਾ ਔਰ ਇਹਨਾਂ ਦੇ ਪੈਦਾ ਕੀਤੇ ਹੋਏ ਸ਼ੇਰੇ ਖੁੱਪਲ ਹੋਰੀ ਕੌਣ ਸੀਗੇ ਵਿੱਕੀ ਗੌਂਦਰ ਹੋਰੀ ਕੌਣ ਸੀਗੇ ਕਿਹੜੀਆਂ ਜ਼ਿਲ੍ਹਿਆਂ ਚ ਇਹਨਾਂ ਦੇ ਨਾਲ ਰਹੇ ਕਿਹਦੇ ਨਾਲ ਕਨੈਕਸ਼ਨ ਸੀਗੇ ਬਿੰਪੀ ਚੰਦਪਾਨ ਦੇ ਕਿਹਦੇ ਨਾਲ ਕਨੈਕਸ਼ਨ ਸੀਗੇ ਰੌਕੀ ਦੇ ਪੰਜਾਬ ਦੀ ਪੋਲਿਟੀਕਲ ਕਲਾਸ ਕੀ ਉਹਨਾਂ ਨਾਲ ਇਨ ਟੱਚ ਨਹੀਂ ਸੀ ਅੱਜ ਕੋਈ ਦੱਸੇ ਜਿਹੜੀਆਂ ਸਰਕਾਰਾਂ ਪੰਜਾਬ ਚ ਰਹੀਆਂ ਨੇ ਜਾਂ ਜਿਹੜੀ ਹੈ ਕਿਹੜਾ ਤੁਹਾਡੇ ਕੋਲੇ ਬਰੂ ਬਲੂਪ੍ਰਿੰਟ ਆ ਕਿਹੜਾ ਤੁਸੀਂ ਵਿਜ਼ਨ ਬਣਾਇਆ ਕੀ ਮੁਕਾਬਲੇ ਬਣਾ ਕੇ ਖਤਮ ਹੋ ਜਾਊਗਾ ਕਿ ਬੁਲਟ ਫਾਰ ਬੁਲਟ ਥਿਊਰੀ ਕਾਮਯਾਬਾ ਦੁਨੀਆ ਤੇ ਕ੍ਰਿਮਿਨਲ ਕੋਈ ਮਾਂ ਦੇ ਪੇਟ ਚੋਂ ਨਹੀਂ ਜਨਮ ਲੈਂਦੇ ਅਤਵਾਦੀ ਕੋਈ ਮਾਂ ਦੇ ਪੇਟ ਚੋਂ ਨਹੀਂ ਜੰਮਦਾ ਸਿਸਟਮ ਚ ਹੀ ਬਣਦਾ ਹੈ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਹੋਣਗੇ ਦਾ ਕਿ ਇੱਕ ਕਾਰਨ ਨਹੀਂ ਹੁੰਦਾ ਪਰ ਹੱਥ ਬੰਨ ਕੇ ਮੈਂ ਬਾਰ-ਬਾਰ ਕਹਿ ਰਿਹਾ ਯਾਰ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਬਾਈ ਸਾਰਿਆਂ ਨੂੰ ਜਿੱਥੇ ਬੈਠਿਓ ਬਾਹਰ ਬੈਠਿਓ ਦੁਨੀਆ 'ਚ ਟੱਟੋ ਘੱਟ ਯਾਰ ਆ ਕੰਮ ਨਾ ਕਰੋ ਯਾਰ ਦਰਦੀ ਜਿਹੜੀ ਪੋਲਿਟਿਕਸ ਉਹ ਕਿੰਨੀ ਕਲੰਬੀ ਹੁੰਦੀ ਹੈ ਦਰਦੀ ਪੋਲਿਟਿਕਸ ਕੋਈ ਬਹੁਤ ਲੰਬੀ ਨਹੀਂ ਜਾ ਸਕਦੀ ਕਿੰਨਾ ਚਿਰ ਦਰਦੀ ਪੋਲਿਟਿਕਸ ਕਰਨੋਗੇ ਤੁਸੀਂ ਉਹ ਸਵਾਲ ਦੁਆਰਾ ਫੇਰ ਸਾਹਮਣੇ ਆ ਜਾਣਗੇ ਚਾਹੇ ਉਹ ਪੋਲਿਟਿਕਲ ਸਵਾਲ ਨੇ ਉਹ ਵੀ ਆ ਜਾਂਦੇ ਨੇ ਅਸੀਂ ਦੇਖਦੇ ਆਂਗੇ ਪੰਜਾਬ ਦੇ ਅੰਦਰ ਜੋ ਹੈ ਉਹ ਦੁਬਾਰਾ ਹਰ ਵਾਰ ਆ ਕੇ ਸਵਾਲ ਕਿੰਨੇ ਸਾਡੇ ਸਾਹਮਣੇ ਖੜੇ ਹੁੰਦੇ ਨੇ ਹਰ ਸਾਲ ਖੜੇ ਹੋ ਜਾਂਦੇ ਨੇ ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਆ ਸੀ ਤੱਤੀਆਂ ਤੱਤੀਆਂ ਗੱਲਾਂ ਹਲਕੀਆਂ ਗੱਲਾਂ ਜਿਹੜੀਆਂ ਬੇਹੱਦ ਹਲਕੀਆਂ ਗੱਲਾਂ ਉਹਨਾਂ 'ਚ ਵਹਿ ਜਾਂਦੇ ਆਂਗੇ ਸਾਰੇ ਔਰ ਇਹੀ ਸਭ ਤੋਂ ਵੱਡਾ ਦੁੱਖ ਹੈ ਪੰਜਾਬ ਦਾ ਹਰ ਬੰਦਾ ਅੱਜ ਕੱਲ ਵਿਦਵਾਨ ਬਣਿਆ ਬੈਠਾ ਹੈਗਾ ਇਹ ਸਭ ਤੋਂ ਵੱਡੀ ਸਮੱਸਿਆ ਹੋ ਗਈ ਜੇ ਕੁਝ ਨਹੀਂ ਪਤਾ ਮੈਨੂੰ ਨਹੀਂ ਪਤਾ ਮੰਨ ਲਓ ਕਿ ਮਸਲੇ ਦਾ ਹੱਲ ਕੀ ਆ ਤਾਂ ਅਸੀਂ 50 ਜਾਣੇ ਬੈਠ ਸਕਦੇ ਹਾਂ 100 ਜਾਣੇ ਬੈਠ ਸਕਦੇ ਹਾਂ ਸ਼ਾਇਦ ਕੋਈ ਹੱਲ ਨਿਕਲੇ ਆਉਂਦਾ ਪੰਜਾਬ ਦਾ ਹਿੰਸਾ ਨਾਲ ਰਿਸ਼ਤਾ ਕੀ ਹੈ ਇਹਦੇ ਬਾਰੇ ਤੇ ਗੱਲ ਤਾਂ ਕਰਨੀ ਪਊ ਸਾਨੂੰ ਪੰਜਾਬ ਦਾ ਹਿੰਸਾ ਨਾਲ ਕਿਸਦਾ ਕੀ ਹੈ ਪੰਜਾਬ ਦਾ ਇਤਿਹਾਸ ਨਾਲ ਰਿਸ਼ਤਾ ਕੀ ਹੈ ਇਹ ਜਿਹੜੀਆਂ ਅਸੀਂ ਬੀਤੇ ਤੇ ਗੋਲੀਆਂ ਚਲਾਈਆਂ ਨਹੀਂਆਂ ਜਿਹੜਾ ਸਾਨੂੰ ਵਰਤਮਾਨ ਤੇ ਭਵਿੱਖ ਚ ਤੰਗ ਕਰ ਰਹੀਆਂ ਨੇ ਇਹ ਤੇ ਸਾਨੂੰ ਗੱਲ ਕਰਨੀ ਪਊ ਨਾ ਖੁੱਲ੍ਹਦਲੀ ਨਾਲ ਵੱਡਾ ਦਿਲ ਰੱਖਣਾ ਪਊ ਸਾਰਿਆਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਚਨਾਪਾਉ ਤੁਹਾਨੂੰ ਲੱਗਦਾ ਮੌਕਾ ਆ ਗਿਆ ਕੋਈ ਵੀ ਮੌਕਾ ਆ ਜੇ ਵੀ ਹਾਂ ਉਹ ਭਲਾ ਨੇ ਲਵਾ ਦਿੱਤਾ ਜੇ ਤਾਂ ਕੋਈ ਨਾ ਕਲੋਜ਼ਰ ਨਹੀਂ ਹੋਊਗਾ ਜਦੋਂ ਉਹਨਾਂ ਲੋਕਾਂ ਨੂੰ ਅਹਿਸਾਸ ਨਹੀਂ ਕਰਾਇਆ ਜਾਊ ਜਿਵੇਂ ਅਫਰੀਕਾ ਦੇ ਅੰਦਰ ਟਰੂਥ ਕਮਿਸ਼ਨ ਬਣੇ ਸੀ ਉਹ ਅਹਿਸਾਸ ਨਹੀਂ ਕਰਾਇਆ ਜਾਊ ਯਾਰ ਹਾਂ ਜੋ ਹੋ ਗਿਆ ਕੋਈ ਪਛਤਾਵਾ ਨਹੀਂ ਹੋਊਗਾ ਕਿਵੇਂ ਚੀਜ਼ਾਂ ਕਲੋਜ਼ ਹੋ ਜਾਣਗੀਆਂ ਉਹ ਸਾਈਕੀ ਵਿੱਚ ਪਈਆਂ ਰਹਿਣਗੀਆਂ ਉਹ ਮਤਲਬ ਫਿਜ਼ੀਕਲੀ ਆਊਟ ਹੋ ਸਕਦੀਆਂ ਨੇ ਪੋਲਿਟਿਕਲ ਮਟੀਰੀਅਲ ਕੰਡੀਸ਼ਨ ਚ ਆਊਟ ਹੋ ਸਕਦੀਆਂ ਨੇ ਪਰ ਉਹ ਉਮੀਦ ਰਹਿਣਗੀਆਂ ਸਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਆ ਜੇ ਅਸੀਂ ਇੱਥੇ ਹੈਗੇ ਆ ਤਾਂ ਪੰਜਾਬ ਆ ਤਾਂਗੇ ਪੋਲਿਟਿਕਲ ਕਲਾਸ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਪੋਲਿਟਿਕਲ ਪਾਰਟੀਆਂ ਨੂੰ ਵੀ ਚੰਗੀ ਸਮਝਣੀ ਚਾਹੀਦੀ ਆ ਪੁਲਿਸ ਨੂੰ ਵੀ ਸਮਝਣੀ ਚਾਹੀਦੀ ਆ ਸਰਕਾਰ ਨੂੰ ਵੀ ਸਮਝਣੀ ਚਾਹੀਦੀ ਆ ਜੇ ਪੰਜਾਬ ਆ ਤਾਂ ਅਸੀਂ ਅਸੀਂ ਆ ਤਾਂ ਪੰਜਾਬ ਨਹੀਂ ਆ ਮੈਂ ਹਰਵਾਰ ਟੀਵੀ ਤੇ ਆ ਕੇ ਕਹਿਣਾ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਪਰ ਅੱਜ ਸਵਾਗਤ ਕਿਹੜੇ ਮੂੰਹ ਨਾਲ ਕਹਾਂ ਮਨ ਬੇहद ਉਦਾਸ ਹੈ। ਰਸੂਲ ਹਮਜ਼ਾ ਤੂੰ ਨੇ ਕਿਹਾ ਸੀ ਬੀਤੇ ਤੇ ਪਿਸਤੌਲ ਨਾਲ ਗੋਲੀ ਚਲਾਉਂਗੇ ਤਾਂ ਭਵਿੱਖ ਤੋਂ ਨੂੰ ਤੋਪ ਨਾਲ ਫੁੰਡੇਗਾ। ਪੰਜਾਬ ਗੋਲੀ ਚਲਾ ਚੁੱਕਿਆ ਬੀਤੇ ਤੇ ਵਰਤਮਾਨ ਵੀ ਤੋਪ ਨਾਲ ਫੁੰਡ ਰਿਹਾ ਤੇ ਭਵਿੱਖ ਵੀ ਫੁੰਡੇਗਾ। ਮੂਸੇ ਵਾਲੇ ਦਾ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ। ਬਹੁਤ ਸ਼ਰਮਨਾਕ ਗੱਲ ਹੈ ਕਿ ਇੱਕ ਚਰਚਿਤ ਬੰਦੇ ਦਾ ਕਤਲ ਦਿਨ ਦਿਹਾੜੇ ਹੁੰਦਾ ਹੈ। ਸਰਕਾਰ ਇਹਦੇ ਲਈ ਜ਼ਿੰਮੇਵਾਰ ਹੈ ਸਿਕਿਉਰਿਟੀ ਵਿਡਰੋਅ ਕਰਨਾ ਇਹਦੇ ਲਈ ਸਭ ਤੋਂ ਵੱਡੀ ਗਲਤੀ ਹੈ ਸਿਸਟਮ ਇਹਦੇ ਲਈ ਜ਼ਿੰਮੇਵਾਰ ਹੈ ਪੰਜਾਬ ਪੁਲਿਸ ਇਹਦੇ ਲਈ ਜ਼ਿੰਮੇਵਾਰ ਹੈ ਖੁਫੀਆ ਏਜੰਸੀਆਂ ਇਹਦੇ ਲਈ ਜ਼ਿੰਮੇਵਾਰ ਹੈ ਕਿਉਂ ਨਹੀਂ ਰੋਕਿਆ ਜਾਂਦਾ ਇੰਨਾ ਘਟਨਾਵਾਂ ਨੂੰ ਕਿ ਤੰਤਰ ਫੇਲ ਹੋ ਚੁੱਕਿਆਗਾ ਕਿ ਤੰਤਰ ਕੋਲ ਕੋਈ ਮਾਵਾਂ ਦੇ ਪੁੱਤ ਬਚਾਉਣ ਦਾ ਜ਼ਰੀਆ ਨਹੀਂ ਬਚਿਆਗਾ ਚਾਹੇ ਲੱਖ ਕੰਟਰਡਿਕਸ਼ਨਾਂ ਹੋਣ ਪਰ ਸਰਕਾਰ ਇਹਦੇ ਲਈ ਜ਼ਿੰਮੇਵਾਰ ਆ ਚਾਹੇ ਬਹੁਤ ਕੁਛ ਹੋਇਆ ਹੋਵੇ ਜੋ ਕਹਾਣੀਆਂ ਸੁਣਾਈਆਂ ਜਾ ਰਹੀਆਂ ਨੇ ਪਰ ਪੰਜਾਬ ਚੋਂ ਕਿਸੇ ਦਾ ਵੀ ਜਾਣਾ ਬੇहद ਸ਼ਰਮਨਾਕ ਹੈ ਪੰਜਾਬ ਤੋਂ ਕਿਸੇ ਦਾ ਵੀ ਜਾਣਾ ਬੇहद ਦੁਖਦ ਹੈ ਇਹ ਰਾਜਨੀਤੀ ਹੁਣ ਹੋ ਰਹੀ ਹੈ ਕਿ ਰਾਜਨੀਤੀ ਬਿਆਨਬਾਜ਼ੀ ਹੋ ਰਹੀ ਹੈ ਔਰ ਪੰਜਾਬ ਦੇ ਅੰਦਰ ਕਿਹੜੇ ਉਹ ਮੌਕੇ ਨੇ ਜਿਨ੍ਹਾਂ ਨੂੰ ਲੀਡਰਾਂ ਨੇ ਕਦੇ ਨਹੀਂ ਵਰਤਿਆ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਜਦੋਂ ਵੀ ਪੰਜਾਬ ਚੋਂ ਠੀਆਂ ਹਮੇਸ਼ਾ ਸਿਆਸੀ ਲੋਕਾਂ ਨੇ ਵਰਤਿਆ ਦਰਬਾਰ ਸਰ ਵਰਗੀਆਂ ਥਾਵਾਂ ਨੂੰ ਸਿਆਸੀ ਪਾਰਟੀਆਂ ਨੇ ਵਰਤਿਆ ਔਰ ਸਿਆਸਤ ਕੀਤੀ ਉਸਤੇ ਜਦੋਂ ਕੋਈ ਗੱਲ ਹੁੰਦੀ ਹੈ ਜਾਂ ਤਾਂ ਨਿੱਜੀ ਕਿੜਾ ਕੱਢਣ ਲੱਗ ਜਾਂਦੇ ਨੇ ਨਿੱਜੀ ਕਿੜਾ ਕੱਢਣ ਵਾਲੇ ਜਾਂ ਸਿਆਸਤ ਕਰਨ ਵਾਲੇ ਸਿਆਸਤ ਕਰਨ ਲੱਗ ਜਾਂਦੇ ਨੇ ਕੋਈ ਉਹਦੀ ਬੈਕਗ੍ਰਾਉਂਡ 'ਚ ਨਹੀਂ ਜਾਂਦਾ ਕੋਈ ਇਸ ਗੱਲ 'ਚ ਨਹੀਂ ਜਾਂਦਾ ਕਿ ਇਹ ਮਸਲਾ ਹੈ ਕੀ ਹੈ ਉਤਲਿਸਤਹੀ ਜੀ ਗੱਲ ਕਰਕੇ ਮੋਟੀਆਂ-ਮੋਟੀਆਂ ਗੱਲਾਂ ਕਰਕੇ ਫਿਰ ਥੋੜੇ ਜਿ ਦਿਨ ਬਾਅਦ ਕੋਈ ਘਟਨਾ ਵਾਪਰਦੀ ਹੈ ਫੇਰ ਗੱਲਾਂ ਹੁੰਦੀਆਂ ਨੇ ਕਦੇ ਬ੍ਰੌਡਰ ਲੈਵਲ ਤੇ ਇਹਦੀ ਚਰਚਾ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਿ ਇਹ ਕੋਈ ਸਾਜ਼ਿਸ਼ ਹੈ ਕਿਉਂ ਪੰਜਾਬ ਦੇ ਪੁੱਤਾਂ ਜਾ ਰਹੇ ਨਹੀਂ ਕਿਸੇ ਵੀ ਪੁੱਤ ਦਾ ਜਾਣਾ ਚਾਹੇ ਉਹ ਵਿੱਕੀ ਮਿੱਡੂ ਖੇੜਾ ਗਿਆ ਚਾਹੇ ਗੁਰਲਾਲ ਗਿਆ ਚਾਹੇ ਮੂਸੇਆਲਾ ਗਿਆ ਜਾਂ ਕੋਈ ਵੀ ਗਿਆ ਇਹ ਬੇਹੱਦ ਦੁਖਦ ਹੈ ਪਰ ਸਿਆਸਤ ਕਰਨ ਵਾਲੇ ਸਿਆਸਤ ਕਰਦੇ ਨੇ ਤੇ ਨਿੱਜੀ ਕਿੜਾ ਕੱਢਣ ਵਾਲੇ ਕਿਸੇ ਵੀ ਮੌਕੇ ਨੂੰ ਨਿੱਜੀ ਕਿੜਾ ਕੱਢਣ ਤੋਂ ਨਹੀਂ ਛੱਡਦੇ ਕਿਉਂਕਿ ਉਹਨਾਂ ਦਾ ਦਿਮਾਗ ਹੀ ਇੰਨਾ ਕਾ ਜਿਉ ਸਹਿਰਦ ਹੋਣ ਪੰਜਾਬ ਲਈ ਤਾਂ ਪੰਜਾਬ ਦੀ ਸਹਿਰਦਤਾ ਦੀਆਂ ਗੱਲਾਂ ਕਰਨ ਸਿਰ ਜੋੜ ਕੇ ਬੈਠਣ ਕਿੱਥੋਂ ਹੁੰਦਾ ਹੈ ਸ਼ੁਰੂ ਦੋ ਸਰਕਾਰਾਂ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਕਾਂਗਰਸ ਦੀਆਂ ਦੋ ਦੋ ਸਰਕਾਰਾਂ ਰਹੀਆਂ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਲਈ ਜ਼ਿੰਮੇਵਾਰ ਹੈ ਇਸ ਕਤਲ ਦੇ ਲਈ ਜ਼ਿੰਮੇਵਾਰ ਹੈ ਰਿਸਪੌਂਸਿਬਿਲਟੀ ਲੈਣੀ ਬਣਦੀ ਹੈ ਉਹਨਾਂ ਨੂੰ ਪਰ ਕੀ ਬੀਤੀਆਂ ਭੁੱਲ ਜਾਓਗੇ ਜਿਹਦੀ ਮੈਂ ਗੱਲ ਕਰ ਰਿਹਾ ਜਿਹੜੀ ਰਸੂਲ ਹਮਜ਼ਾ ਤੋਂ ਕਹਿੰਦਾ 1997 ਦੇ ਅੰਦਰ ਕਾਲੀ ਦਲ ਦੀ ਸਰਕਾਰ ਆਉਂਦੀ ਹੈ 1992 ਤੋਂ 97 ਤੱਕ ਬਿਆਨ ਸਿੰਘ ਦੀ ਸਰਕਾਰ ਹੈ ਜਿਹਦੇ ਵਿੱਚ ਬਹੁਤ ਵੱਡੇ ਪੱਦਰ ਤੇ ਮਨੁੱਖੀ ਅਧਿਕਾਰਾਂ ਦੀ ਲੰਗੜਾ ਹੁੰਦੀ ਹੈਗੀ ਚੰਮ ਦੀਆਂ ਚਲਾਈਆਂ ਜਾਂਦੀਆਂ ਨੇ ਉਹ ਪੂਰੀ ਮੂਵਮੈਂਟ ਖਤਮ ਹੁੰਦੀ ਹੈ ਪੰਜਾਬ ਝੰਬਿਆ ਜਾਂਦਾ ਹਿੰਸਾ ਦੇ ਨਾਲ ਉਹ ਹਿੰਸਾ ਇਸ ਤਰ੍ਹਾਂ ਦੀ ਸੀ ਕਿ ਪੰਜਾਬ ਉੱਠਦਾ ਨਹੀਂ ਪੰਜਾਬ ਦੀਆਂ ਮਾਵਾਂ ਗੱਲ ਕਰਨ ਤੋਂ ਡਰਦੀਆਂ ਸੀ ਆਪਣੇ ਪੁੱਤਾਂ ਦੀ ਮੌਤ ਬਾਰੇ ਹੁਣ ਵੀ ਜਦੋਂ ਘਰਾਂ 'ਚ ਜਾਈਦਾ ਉਹਨਾਂ ਨਾਲ ਗੱਲਾਂ ਕਰੋ ਉਦੋਂ ਕੀ ਹੋਇਆ ਜਿਹੜੇ ਬੇਕਸੂਰ ਮਾਰੇ ਗਏ ਉਹ ਗੱਲਾਂ ਵੀ ਨਹੀਂ ਕਰਦੀਆਂ ਡਰਦੀਆਂ ਨੇ دہشت ਜ਼ਦਾ ਹੋਇਆ ਪੰਜਾਬ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਗੱਲ ਡਿੰਪੀ ਚੰਦਪਾਨ ਕੌਣ ਸੀਗਾ ਜਸਵਿੰਦਰ ਰੌਕੀ ਕੌਣ ਸੀਗਾ ਔਰ ਇਹਨਾਂ ਦੇ ਪੈਦਾ ਕੀਤੇ ਹੋਏ ਸ਼ੇਰੇ ਖੁੱਬਣ ਹੋਰੀ ਕੌਣ ਸੀਗੇ ਵਿੱਕੀ ਗੌਂਦਰ ਹੋਰੀ ਕੌਣ ਸੀਗੇ ਕਿਹੜੀਆਂ ਜੇਲਾਂ ਚ ਇਹਨਾਂ ਦੇ ਨਾਲ ਰਹੇ ਕਿਹਦੇ ਨਾਲ ਕਨੈਕਸ਼ਨ ਸੀਗੇ ਡਿੰਪੀ ਚੰਦਪਾਨ ਦੇ ਕਿਹਦੇ ਨਾਲ ਕਨੈਕਸ਼ਨ ਸੀਗੇ ਰੌਕੀ ਦੇ ਪੰਜਾਬ ਦੀ ਪੋਲੀਟিক্যাল ਕਲਾਸ ਕਿ ਉਹਨਾਂ ਨਾਲ ਇਨ ਟੱਚ ਨਹੀਂ ਸੀ ਪੰਜਾਬ ਦੀ ਸਿਆਰੀ ਸਿਆਸੀ ਜਮਾਤ ਦੇ ਕਿਸ ਤਰ੍ਹਾਂ ਦੇ ਰਿਸ਼ਤੇ ਸੀ ਪੰਜਾਬ ਦੇ ਅਫਸਰ شاہੀ ਦੇ ਕਿ ਉਹਨਾਂ ਨਾਲ ਰਿਸ਼ਤੇ ਨਹੀਂ ਸੀ ਅਫਸਰ ਤੇ ਲੀਡਰ ਇਹਨਾਂ ਨੂੰ ਵਰਤਦੇ ਨੇ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਆ ਕੇ ਸਾਰੇ ਇਹਨਾਂ ਗੈਂਗਸਟਰਾਂ ਨੇ ਜਿਹੜੇ ਛੱਡ ਗਏ ਉਹਨਾਂ ਨੇ ਆ ਕੇ ਕੈਮਰਿਆਂ 'ਤੇ ਮੰਨਿਆ ਤੁਹਾਡੇ ਯਾਦ ਆ ਪਤਾ ਨਹੀਂ ਨਹੀਂ ਯਾਦ ਮੈਂ 7 ਸਾਲ ਪਹਿਲਾਂ ਨਿਕਲਿਆ ਉਹਨਾਂ ਘਰਾਂ ਜਿੱਥੇ ਸਾਰੇ ਪੁੱਤ ਚਲੇ ਗਏ ਮੈਂ ਬੰਬੀਹੇ ਦੇ ਘਰੇਗਾ ਬੰਬੀਹੇ ਦੀ ਮਾਂ ਨਾਲ ਗੱਲ ਕੀਤੀ ਬੰਬੀਹੇ ਦੀ ਮਾਂ ਵਿਚਾਰੀ ਡਰੀ ਹੋਈ ਸੀਗੀ ਬੰਬੀਹਾ ਮਿਲਿਆ ਮੈਂ ਬੰਬੀਹੇ ਨੂੰ ਕਿਹਾ ਤੈਨੂੰ ਤੇਰੀ ਮਾਂ ਯਾਦ ਨਹੀਂ ਆਉਂਦੀ ਘਰ ਛੱਡਿਆ ਐ ਤੂੰ ਰੋਣ ਲੱਗ ਗਿਆ ਸੀ ਉਹ ਇੰਟਰਵਿਊ ਦੇ ਅੰਦਰ ਮੈਂ ਸ਼ੇਰੇ ਖੁੱਬਣ ਦੇ ਘਰੇ ਗਿਆ ਮੈਂ ਵਿੱਕੀ ਗੌਂਡਰ ਦੇ ਘਰੇ ਗਿਆ ਗੁਰਪ੍ਰੀਤ ਸੇਖੋਂ ਦੇ ਘਰੇ ਗਿਆ ਇਹਨਾਂ ਸਾਰਿਆਂ ਦੇ ਘਰੇ ਜਾ ਕੇ ਮੈਂ ਸਿਰਫ ਉਹ ਕਹਾਣੀਆਂ ਦਿਖਾਉਣਾ ਚਾਹੁੰਦਾ ਸੀਗਾ ਕਿ ਨਵੀਂ ਪੀੜ੍ਹੀ ਸਾਡੇ ਨਵੇਂ ਮੁੰਡੇ ਜਿੰਨੀ ਕਿ ਮੈਨੂੰ ਸਮਝ ਸੀਗੀ ਉਦੋਂ 7 ਸਾਲ ਪਹਿਲਾਂ ਜਿੰਨੀ ਮੈਨੂੰ ਅਕਲ ਸੀ ਮੈਂ ਆਪਣੀ ਅਕਲ ਦੇ ਮੁਤਾਬਕ ਇੱਕ ਪੱਤਰਕਾਰ ਹੋਣ ਦੇ ਨਾਤੇ ਸਾਰੀਆਂ ਕਹਾਣੀਆਂ ਦਿਖਾਈਆਂ ਸਾਰੇ ਘਰਾਂ ਦੀਆਂ ਕਹਾਣੀਆਂ ਉਹ ਸਾਰੇ ਘਰਾਂ ਦੀਆਂ ਕਹਾਣੀਆਂ ਚ ਮਾਵਾ ਨੇ ਪਿਵਾਂ ਨੇ ਇਹ ਕਿਹਾ ਸਾਡੇ ਪੁੱਤ ਗਲਤ ਰਾਹ ਤੇ ਤੁਰ ਗਏ ਸੀ ਮੈਨੂੰ ਲੱਗਦਾ ਸੀ ਨਵੀਂ ਪੀੜੀ ਸੁਣੂਗੀ ਪਰ ਆਧੁਨਿਕਤਾ ਖਾ ਗਈ ਅਸੀਂ ਉਹ ਲੋਕਾਂ ਸੀ ਉਹ ਪੰਜਾਬ ਆ ਜਿਹੜਾ ਵਿਚਾਰਕ ਤੇ ਅਧਿਆਤਮਿਕ ਤੌਰ ਤੇ ਸਖਣਾ ਹੋ ਚੁੱਕਿਆ ਸੀ ਟੁੱਟ ਚੁੱਕਿਆ ਅਦਵਾਤਮਿਕ ਤੌਰ ਤੇ ਸਾਰੇ ਅਸੀਂ ਟੁੱਟ ਚੁੱਕਿਆਂ ਵਿਚਾਰਕ ਤੌਰ ਦੇ ਉੱਤੇ ਇਸ ਕਰਕੇ ਅਸੀਂ ਕਦੇ ਸਹਿਰਦਤਾ ਨਾਲ ਕਦੇ ਲਾਰਜਰ ਗੱਲ ਨਹੀਂ ਕਰਾਂਗੇ ਜਦੋਂ ਕੋਈ ਮੌਕਾ ਆਏਗਾ ਕਿਹਦੇ ਨਾਲ ਪਰਸਨਲ ক্রিকেট ਨਹੀਂ ਆ ਕਿਹੜੀ ਪੋਲੀਟਿਕਲ ਪਾਰਟੀ ਨੇ ਕਿਹੜੀ ਰਗੜਨੀ ਆ ਇਸ ਗੱਲ ਨਾਲ ਕੀ ਫਰਕ ਪੈਂਦਾ ਕਿੰਨਾ ਲਈ ਪੰਜਾਬ ਪਿਆਰਾ ਹੈ ਇਹ ਸਾਰੇ ਆਵਦੇਮਨ ਸੋਚ ਲੋ ਜਿਹੜੇ ਰਾਜ ਕਰ ਰਹੇ ਨੇ ਹੁਣ ਜਿਹੜੇ ਪਹਿਲਾਂ ਰਾਜ ਕਰ ਚੁੱਕੇ ਨੇ ਕਿ ਇਹਨਾਂ ਦੇ ਏਜੰਡੇ ਤੇ ਪੰਜਾਬ ਸੀ ਜੇ ਪੰਜਾਬ ਇਹਨਾਂ ਦੇ ਏਜੰਡੇ ਤੇ ਸੀ ਤਾਂ ਪੰਜਾਬ ਦਾ ਇਹ ਹਾਲ ਕਿਉਂ ਹੋਇਆ ਇਹਦੀ ਜਵਾਬਦੇਹੀ ਕੋਈ ਬਣਦੀ ਹੈ ਔਰ 84 ਤੋਂ ਬਾਅਦ ਜੋ ਕੁਝ ਪੰਜਾਬ ਦੇ ਅੰਦਰ ਹੋਇਆ ਜਿਹੜੀ ਉਹ ਹਿੰਸਾ ਨੇ ਪੰਜਾਬ ਚੰਬਿਆ ਉਹਦੀਆਂ ਜਵਾਬਦੇਹੀਆਂ ਕੀ ਨਹੀਂ ਗਈਆਂ ਉਹ ਜਵਾਬ ਦੇਗੀ ਇਹ ਪਾਰਟੀਆਂ ਕਾਂਗਰਸ ਦੇਗੀ ਇਹਨਾਂ ਪਾਰਟੀਆਂ ਨੇ ਕਦੇ ਜਵਾਬ ਦਿੱਤੇ ਪੰਜਾਬ ਨੂੰ ਉਹਨਾਂ ਪਾਰਟੀਆਂ ਨੇ ਜਿਹੜੀਆਂ ਓਦੋਂ ਆਨੰਦਪੁਰ ਦੇ ਮੱਤੇ ਦਾ ਵਿਰੋਧ ਕਰਦੀਆਂ ਜਿਹੜੇ ਪਾਣੀਆਂ ਦਾ ਵਿਰੋਧ ਕਰਦੀਆਂ ਸੀ ਹੁਣ ਕਹਿ ਦਿੰਦੀਆਂ ਨੇ ਨਹੀਂ ਪੰਜਾਬ ਦਾ ਪਾਣੀ ਮਿਲਣਾ ਚਾਹੀਦਾ ਭੁੱਲ ਜਾਂਦੇ ਆ ਸਾਡੀ ਸ਼ਾਰਟ ਮੈਮਰੀ ਹੈਗੀ ਅਸੀਂ ਭੁੱਲ ਜਾਂਦੇ ਆ ਉਹ ਗੱਲਾਂ ਨੂੰ ਉਹੀ ਪਾਰਟੀਆਂ ਉਹੀ ਬੀਜੇਪੀ ਉਹੀ ਲੈਫਟ ਰਾਜ ਰਾਈਟ ਦੀਆਂ ਸਾਰੀਆਂ ਪਾਰਟੀਆਂ ਹੁਣ ਕਹਿੰਦੀਆਂ ਨੇ ਪੰਜਾਬ ਦਾ ਪਾਣੀ ਪੰਜਾਬ ਨੂੰ ਚਾਹੀਦਾ। ਉਦੋਂ ਉਹ ਸਾਰੀ ਗੱਲ ਦੇ ਉੱਤੇ ਉਲਟਾ ਸਟੈਂਡ ਲੈਂਦੀਆਂ ਸੀ। ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਆ ਸੀ ਤੱਤੀਆਂ ਤੱਤੀਆਂ ਗੱਲਾਂ, ਹਲਕੀਆਂ ਗੱਲਾਂ ਜਿਹੜੀਆਂ ਬੇਹੱਦ ਹਲਕੀਆਂ ਗੱਲਾਂ। ਉਹਨਾਂ 'ਚ ਵਹਿ ਜਾਂਦੇ ਆਂਗੇ ਸਾਰੇ। ਔਰ ਇਹੀ ਸਭ ਤੋਂ ਵੱਡਾ ਦੁੱਖ ਹੈ ਪੰਜਾਬ ਦਾ। ਔਰ ਮੈਂ ਨਾ ਘਰਾਂ 'ਚ ਗਿਆ ਇਹਨਾਂ ਮੁੰਡਿਆਂ ਦੇ ਨਾਲ ਗੱਲਾਂ ਕੀਤੀਆਂ। ਔਰ ਇਹ ਸਾਰੇ ਮੁੰਡੇ ਮੈਨੂੰ ਫੋਨ ਕਰਨ ਲੱਗੇ। ਮੈਂ ਅੱਜ ਪਹਿਲੀ ਵਾਰ ਤੁਹਾਨੂੰ ਕਹਿ ਰਿਆਂਗਾ ਇਹ ਸਾਰੇ ਮੁੰਡੇ ਮੈਨੂੰ ਫੋਨ ਕਰਨ ਲੱਗੇ। ਮੈਂ ਜੱਗੂ ਭਗਵਾਨਪੁਰ ਦੇ ਘਰੇ ਗਿਆ ਲਾਰੈਂਸ ਬਿਸ਼ਨੋਈ ਕਿਹੜੇ ਆ ਜਿਨ੍ਹਾਂ ਦੇ ਸਾਰਿਆਂ ਦੇ ਘਰੇ ਜਾ ਕੇ ਮੈਂ ਸਟੋਰੀਆਂ ਨਹੀਂ ਕੀਤੀਆਂ ਇਹ ਸਾਰੇ ਮੁੰਡੇ ਮੈਨੂੰ ਫੋਨ ਕਰਨ ਲੱਗੇ ਆਪਦੀਆਂ ਕਹਾਣੀਆਂ ਦੱਸਣ ਲੱਗੇ ਕੋਈ ਜੇਲਾਂ ਚੋਂ ਕਰਨ ਲੱਗੇ ਕੋਈ ਕਿਤੋਂ ਕਰਨ ਲੱਗੇ ਸਾਰੇ ਕਹਿੰਦੇ ਸੀ ਅਸੀਂ ਭਗ ਸਿੰਘ ਨੂੰ ਅਦਾਰਸ਼ਮੰਦ ਆ ਆਪਣਾ ਸਾਰੇ ਜਦੋਂ ਫੋਨ ਕਰਦੇ ਆ ਕਹਿੰਦੇ ਅਸੀਂ ਸੰਤਾਂ ਮਹਾਤਮਾਵਾਂ ਨੂੰ ਆਪਣੇ ਦਰਸ਼ਮੰਦ ਆ ਪੀਰਾਂ ਨੂੰ ਮੰਨਦੇ ਆ ਫਕੀਰਾਂ ਨੂੰ ਮੰਨਦੇ ਆ ਯਾਰ ਮਾਵਾਂ ਦੇ ਪੁੱਤ ਮਾਰ-ਮਾਰ ਕੇ ਅਸੀਂ ਕਿੱਧਰ ਨੂੰ ਲੈ ਜਾਾਂਗੇ ਪੰਜਾਬ ਇਹ ਜਿਹੜਾ ਤੁਸੀਂ ਕਹਿੰਦੇ ਹੋ ਪੋਸਟਾਂ ਪਾ ਪਾ ਕੇ ਸਾਰੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਯਾਰ ਤੁਹਾਨੂੰ ਹੱਥ ਬੰਨ ਕੇ ਮੇਰੀ ਬੇਨਤੀ ਹੈਗੀ ਚਾਹੇ ਵਿੱਕੀ ਆ ਚਾਹੇ ਗੁਰਲਾਲ ਆ ਚਾਹੇ ਮੂਸੇ ਵਾਲਾ ਸਾਡੇ ਭਰਾ ਨੇ ਸਾਡੇ ਪੁੱਤ ਨੇ ਔਰ ਚਾਹੇ ਤੁਸੀਂ ਹੋ ਔਰ ਮੈਂ ਗੱਲ ਕਹਿਣਾਗਾ ਕਈ ਵਾਰ ਬੰਦਾ ਹਿੰਸਾ ਨਹੀਂ ਚੁਣਦਾ ਹਿੰਸਾ ਬੰਦੇ ਨੂੰ ਚੁਣਦੀ ਹੈਗੀ ਹਿੰਸਾ ਜਦੋਂ ਬੰਦੇ ਨੂੰ ਚੁਣਦੀ ਹੈ ਤਾਂ ਉਹਦੇ ਕੋਈ ਰਾਹ ਨਹੀਂ ਛੱਡਦੀ ਕਈ ਵਾਰ ਸਿਸਟਮ 'ਚ ਦੇਖੇ ਹਿੰਸਾ ਹੁੰਦੀ ਹੈ ਸਿਸਟਮ 'ਚ ਇਨਵਿਜੀਵਲ ਹਿੰਸਾ ਆ ਦੇਖੇ ਹਿੰਸਾ ਉਹ ਬੰਦੇ ਨੂੰ ਹਿੰਸਕ ਬਣਾਉਂਦੀ ਹੈਗੀ ਹਿੰਸਾ ਦਾ ਰਿਸ਼ਤਾ ਕੀ ਹੈ ਪੰਜਾਬ ਦੇ ਨਾਲ ਅਸੀਂ ਸਿਰਤਾ ਜੁੜੀ ਏ ਹਿੰਸਾ ਹੈ ਹਿੰਸਾ ਰਹੇਗੀ ਹਿੰਸਾ ਮਡੀਵਲ ਹਿਸਟਰੀ ਤੋਂ ਲੈ ਕੇ ਆਧ ਕਾਲ ਤੋਂ ਲੈ ਕੇ ਹੁਣ ਤੱਕ ਹੈ ਪਰ ਹਿੰਸਾ ਦੇ ਨਾਲ ਸਾਡਾ ਰਿਸ਼ਤਾ ਕੀ ਹੋਵੇ ਹਿੰਸਾ ਚੋਂ ਅਸੀਂ ਕਿਵੇਂ ਨਿਕਲਣਾ ਕਿਹੜੀ ਹਿੰਸਾ ਜਾਇਜ਼ ਆ ਕਿਹੜੀ ਨਜਾਇਜ਼ ਆ ਤੁਸੀਂ ਕਿਹੜੇ ਕਾਰਜ ਲਈ ਕੰਮ ਕਰ ਰਹੇ ਹੋ ਘੱਟੋ ਘੱਟ ਮੈਂ ਇੱਕ ਗੱਲ ਕਹੂੰਗਾ ਤੁਹਾਡੇ ਗਰੁੱਪ ਤੁਸੀਂ ਬਣਾਏ ਹੋਏ ਨੇ ਇਹ ਨਹੀਂ ਛੱਡਨੇ ਤੁਸੀਂ ਪਰ ਤੁਸੀਂ ਸਾਰੇ ਹੁਣ ਵੀ ਕੋਲਾ ਕਰਦੇ ਰਹੇ ਨੇ ਉਹ ਮਤਲਬ ਮਨ ਐ ਹੋ ਜਾਂਦਾ ਯਾਰ ਕੀ ਇਹਨਾਂ ਦੀਆਂ ਕੋਲਾਂ ਚੱਕਣੇ ਕੀ ਇਹਨਾਂ ਨਾਲ ਗੱਲ ਕਰਨੀਆਂ ਕੀ ਕਰੀ ਜਾਂਦੇ ਨੇ ਇਹ ਪੰਜਾਬ ਦੇ ਅੰਦਰ ਤੁਸੀਂ ਬੈਠਿਓ ਜ਼ਿਲ੍ਹਾ 'ਚ ਜੋ ਕੁਝ ਕਰਦੇ ਹੋ ਹੱਥ ਬੰਨ੍ਹ ਕੇ ਬੇਨਤੀ ਆ ਯਾਰ ਹੱਥ ਬੰਨ੍ਹ ਕੇ ਮੈਂ ਬੇਨਤੀ ਕਰਦਾ ਆ ਤੁਸੀਂ ਕਹਿੰਦੇ ਹੋ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਹ ਕਹਿੰਦੇ ਹੋ ਅਸੀਂ ਬੜੇ ਆਦਰਸ਼ ਮਈਆ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਬਈ ਸਾਰਿਆਂ ਨੂੰ ਤੁਸੀਂ ਪੰਜਾਬ ਦੇ ਪੁੱਤ ਹੋਗੇ ਤੁਸੀਂ ਗਲਤ ਰਾਹ ਤੇ ਚਲੇ ਗਏ ਜਾਂ ਤੁਹਾਨੂੰ ਗਲਤ ਰਾਹ ਤੇ ਤੋਰ ਦਿੱਤਾ ਗਿਆ ਕਈ ਵਾਰ ਬੰਦਾ ਹਿੰਸਾ ਨਹੀਂ ਚੁਣਦਾਗਾ ਮੈਂ ਵਾਰ-ਵਾਰ ਕਹਿ ਰਿਹਾ ਹਿੰਸਾ ਵੱਲ ਧੱਕ ਦਿੱਤਾ ਜਾਂਦਾ ਸਾਡਾ ਸਿਸਟਮ ਆ ਸਾਡੇ ਪੁਲਿਸ ਦੇ ਧੱਕੇ ਬਹੁਤ ਸਾਰੇ ਧੱਕੇ ਨੇ ਜਿਹੜੇ ਕਈ ਵਾਰ ਬੰਦੇ ਨੂੰ ਹਿੰਸਾ ਵੱਲ ਧੱਕ ਦਿੰਦੇ ਨੇ ਮੰਨਦਾ ਮੈਂ ਇਹ ਗੱਲ ਕੀ ਗਏ ਹੋਵਗੇ ਤੁਸੀਂ ਤੁਹਾਡੀ ਮਜਬੂਰੀ ਬਣ ਗਈ ਤੁਸੀਂ ਧੱਸਦੇ ਗਏ ਧੱਸਦੇ ਗਏ ਨਹੀਂ ਨਿਕਲ ਸਕਦੇ ਮੇਰੀਆਂ ਇੰਟੂਆਂ ਦੇ ਅੰਦਰ ਕਿਹਾ ਲੱਖਾ ਸਦਾਨਾ ਵਾਪਸ ਆਇਆ ਉਹਨੇ ਕਿਹਾ ਨਹੀਂ ਨਿਕਲਿਆ ਜਾਂਦਾ ਬੰਦੇ ਤੋਂ ਬੰਦਾ ਜਦੋਂ ਬਾਹਰ ਆਉਂਦਾ ਉਹਨੂੰ ਗੁਲੀਆਂ ਮਾਰਦੇ ਨੇ ਪਰ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਦਾ ਸਾਰਿਆਂ ਤੋਂ ਤੁਸੀਂ ਪੰਜਾਬ ਦੇ ਤੁਸੀਂ ਜਦੋਂ ਕੋਈ ਪੋਸਟ ਪਾਉਣੇ ਹੋਗੇ ਚاہے ਜਿਹੜਾ ਮਰਜੀ ਗੁੱਪ ਜੇ ਬੰਬੀਹਾ ਗਰੁਪਾ ਦੇ ਲਾਰੈਂਸ ਗਰੁਪਾ ਦੇ ਕੋਈ ਗਰੁਪ ਪਾਵੇ ਸਾਰੇ ਗਰੁਪ ਤੁਸੀਂ ਕਦੇ ਜੈ ਮਾਤਾ ਦੀ ਲਿਖਦੇ ਹੋ ਕਦੇ ਗੁਰੂ ਸਾਹਿਬ ਦਾ ਹਵਾਲਾ ਦਿੰਦੇ ਹੋ ਕਦੇ ਰਾਮ ਰਾਮ ਲਿਖਦੇ ਹੋ ਕਦੇ ਕੁਝ ਲਿਖਦੇ ਹੋ ਔਰ ਬੜੀਆਂ ਤੁਸੀਂ ਉੱਥੇ ਪੋਸਟਾਂ ਦੇ ਅੰਦਰ ਪੋਜ਼ਿਟਿਵਿਟੀ ਦੀ ਗੱਲ ਕਰਦੇ ਹੋ ਯਾਰ ਇੱਕ ਤਾਂ ਗੱਲ ਸਮਝ ਲਓ ਕਿੱਥੇ ਤਾਂ ਮੁਕਾਉਂਗੇ ਇਹ ਗੱਲ ਕਿ ਮੁੱਕੂਗੀ ਨਹੀਂ ਹੁਣ ਇੱਕ ਦਾ ਕਤਲ ਹੋ ਗਿਆ ਫਿਰ ਦੂਜੇ ਦਾ ਕਰ ਦੋ ਦੂਜਾ ਦੂਜੇ ਦੇ ਕਰ ਦੇਣਗੇ ਦੂਜੇ ਦੂਜੇ ਦੇ ਇਹ ਗੱਲ ਆਪਾਂ ਕਿੱਥੇ ਮੁਕਾਉਣੀ ਆ ਨਾ ਵੱਡਾ ਦਿਲ ਨਹੀਂ ਕਰ ਸਕਦੇ ਤੁਸੀਂ ਤੁਸੀਂ ਜੋ ਕਰ ਰਹੇ ਹੋ ਜਿਹੜੇ ਸਿਸਟਮ ਚੋਂ ਸਾਨੂੰ ਨਹੀਂ ਪਤਾ ਉਹਦਾ ਕੀ ਹੈ ਉਹ ਰਫਰੋਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਇੱਥੇ ਗੱਡੀਆਂ ਖੋਹਣ ਦੀਆਂ ਗੱਲਾਂ ਹੁੰਦੀਆਂ ਨੇ ਇੱਥੇ ਬਹੁਤ ਸਾਰੀਆਂ ਗੱਲਾਂ ਫਰੋਤੀਆਂ ਦੀਆਂ ਕੋਲਾਂ ਕਿਵੇਂ ਆਉਂਦੀਆਂ ਸਿਸਟਮ 'ਚ ਪਤਾ ਪੁਲਿਸ ਨੂੰ ਪਤਾ ਪੁਲਿਸ ਦੇ ਵੱਡੇ ਅਫਸਰਾਂ ਦੇ ਤੁਸੀਂ ਇਨਟੱਚ ਰਹੇ ਹੋਗੇ ਬਹੁਤ ਸਾਰਿਆਂ ਦੇ ਇਹ ਵੀ ਪਤਾ ਬਹੁਤ ਸਾਰਿਆਂ ਦੇ ਤੁਹਾਡੇ ਸਰੈਂਡਰ ਕਰਾਏ ਨੇ ਬਹੁਤ ਸਾਰਿਆਂ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦਾ ਪੁਲਿਸ ਦਾ ਇੱਕ ਸਿਸਟਮ ਆ ਪੁਲਿਸ ਨੇ ਆਪਣੇ ਤਰੀਕੇ ਨਾਲ ਕੰਮ ਕਰਨਾਗਾ ਉਹ ਕਰ ਸਕਦੀ ਹੈਗੀ ਪਰ ਪੁਲਿਸ ਵੀ ਤਾਂ ਕੋਈ ਟੈਕਲ ਕਿਸੇ ਤਰੀਕੇ ਨਾਲ ਕਰੂਗੀ ਪਹਿਲਾ ਤਾਂ ਤੁਹਾਨੂੰ ਆ ਤੁਹਾਡੇ ਹੱਥਾਂ 'ਚ ਹਥਿਆਰ ਨਹੀਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਘੋੜਾ ਤਾਂ ਤੁਸੀਂ ਦਬਦੇ ਹੋ ਨਾ ਯਾਰ ਕਿਸੇ ਮਾਂ ਦਾ ਪੁੱਤ ਕੀ ਦੇਵਾਂਗੇ ਅਸੀਂ ਮੂਸੇ ਵਾਲੇ ਦੀ ਮਾਂ ਨੂੰ ਕੀ ਜਵਾਬ ਦੇ ਸਕਦਾ ਕੋਈ ਯਾਰ ਕੀ ਜਵਾਬ ਦੇਊਗਾ ਕੋਈ ਮੂਸੇ ਵਾਲੇ ਦੀ ਮਾਂ ਨੂੰ ਕੀ ਵਿੱਕੀ ਦੀ ਮਾਂ ਨੂੰ ਅਸੀਂ ਜਵਾਬ ਦੇਵਾਂਗੇ ਗੁਰਲਾਲ ਆ ਕੋਈ ਆ ਯਾਰ ਸਾਰੇ ਸਾਡਾ ਕਿਸੇ ਗਰੁੱਪ ਅਸੀਂ ਦਾ ਕੋਈ ਕੋਈ ਮਰਜ਼ੀ ਗਰੁੱਪ ਹੋਵੇ ਪੰਜਾਬ ਦੇ ਮੁੰਡਿਆਂ ਤੁਸੀਂ ਗਲਤ ਰਾਹਾਂ ਤੇ ਚੱਲ ਪਏ ਤੁਹਾਨੂੰ ਸਿਸਟਮ ਨੇ ਤੱਕਤਾ ਸੀ ਇਹ ਕਹਿ ਦਿੰਨੇ ਆ ਫੁਰਨਾ ਤੱਕਾ ਹੋ ਗਿਆ ਤੁਸੀਂ ਚਾਂ ਚਾਂ ਚੱਲ ਪਏ ਮੁੜਨਾ ਕਿ ਨਹੀਂ ਮੁੜਨਾ ਕਿਤੇ ਜਾਂ ਫਿਰ ਇਹੀ ਕੰਮ ਚੱਲਦਾ ਰਹੂਗਾ ਇੱਕ ਜਾਂ ਦੂਜੇ ਦਾ ਬਦਲੇ ਦੂਜਾ ਦੂਜੇ ਦਾ ਲੈ ਲੂ ਇਹ ਕੰਮ ਬਾਈ ਛੱਡ ਦਿਓ ਸਾਰਿਆਂ ਨੂੰ ਮੈਂ ਤਾਂ ਪਰਸਨਲੀ ਕਹਿਣਾ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਜਿੰਨੇ ਤੁਸੀਂ ਸੁਣ ਰਹੇ ਹੋਗੇ ਉਹ ਸਾਰਿਆਂ ਨੂੰ ਮੈਂ ਕਹਿਣਾਗਾ ਕਿ ਯਾਰ ਨਾ ਪੰਜਾਬ ਇਹ ਪੰਜਾਬ ਆ ਯਾਰ ਸਾਡੇ ਮੁੰਡੇ ਨੇ ਸਾਰੇ ਯਾਰ ਅਸੀਂ ਸਾਰੇ ਹਿੰਦੂ ਸਿੱਖ ਮੁਸਲਮਾਨ ਬੋਧੀ ਜੈਨੀ ਸਾਰੇ ਭਰਾ ਪੰਜਾਬ ਚ ਇਕੱਠੇ ਰਹਨੇ ਆਗੇ ਔਰ ਤੁਹਾਡੀਆਂ ਨਿੱਜੀ ਲੜਾਈਆਂ ਨੇ ਜਿਹੜੀਆਂ ਤੁਹਾਡੀ ਚੌਧਰ ਦਾ ਮਸਲਾ ਆਗਾ ਜਾਂ ਚੌਧਰਾ ਆਪਣੀਆਂ ਹੋਰ ਥਾਂ ਤੇ ਕੈਮ ਕਰ ਲੋ ਯਾਰ ਇਹ ਮਾਰ ਮਰਈਏ ਨਾਲ ਨਾ ਕਰੋ ਜੇ ਤੁਸੀਂ ਕਹਿੰਦੇ ਤੁਹਾਡਾ ਪੰਜਾਬ ਨਾਲ ਥੋੜਾ ਜਿਹਾ ਵੀ ਪਿਆਰ ਆਗਾ ਤਾਂ ਮਾਵਾ ਦੇ ਪੁੱਤ ਨੇ ਉਹ ਪੰਜਾਬ ਦੀਆਂ ਮਾਵਾ ਦੇ ਪੁੱਤ ਨੇ ਔਰ ਪੋਲੀਟੀਕਲ ਕਲਾਸ ਨੂੰ ਵੀ ਮੈਂ ਕਹੂੰਗਾ ਹੱਥ ਬੰਨ ਕੇ ਬਿਲਕੁਲ ਲੋਚਨਾ ਕਰਨੀ ਬਣਦੀ ਹੈਗੀ ਬਿਲਕੁਲ ਲੋਚਨਾ ਕਰੋ ਆਪੋਜੀਸ਼ਨ ਦਾ ਧਰਮ ਹੈ ਕਿ ਉਹ ਸੱਤਾ ਦੀ ਲੋਚਨਾ ਕਰੇ ਬਿਲਕੁਲ ਕਰਨੀ ਬਣਦੀ ਹੈ ਪਰ ਸਿਆਸਤ ਨੂੰ ਇੰਨੀ ਗੰਦੀ ਨਾ ਕਰੋ ਐਨੀ ਮਾਰੀ ਨਾ ਕਰੋ ਕਿ ਸਿਰਫ ਤੁਸੀਂ ਆਪਣੇ ਹਿੱਤ ਦੇ ਲਈ ਅਗਲੀ ਸਿਆਸਤ ਕਰੋ ਪੂਰੀ ਤਿੱਖੀ ਲੋਚਨਾ ਕਰੋ ਸਰਕਾਰ ਦੀ ਤਿੱਖੀ ਲੋਚਨਾ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਦੇ ਅੰਦਰ ਆਪੋਜੀਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਹੈਗਾ ਪਰ ਆਪਾਂ ਸਿਸਟਮ ਨੂੰ ਐ ਨਾ ਕਰ ਦਈਏ ਕਿ ਅੱਗੇ ਫੇਰ ਮੁੰਡੇ ਕੱਲ ਨੂੰ ਇਹ ਗੱਲਾਂ ਪਤਾ ਨਹੀਂ ਕਿੱਥੇ ਤੱਕ ਜਾਣੀਆਂ ਨੇ ਗੈਕਾਂ ਤੱਕ ਨਹੀਂ ਖੜਨੀਆਂ ਇਹ ਪਰ ਸਭ ਤੋਂ ਵੱਡੀ ਗੱਲ ਜਿਹੜੇ ਤੁਸੀਂ ਬੈਠਿਓ ਜੇਲਾਂ ਚ ਬੈਠਿਓ ਜਿੱਥੇ ਵੀ ਬੈਠਿਓਗੇ ਯਾਰ ਹੱਥ ਮੰਨ ਕੇ ਬੇਨਤੀ ਆ ਯਾਰ ਥੋੜਾ ਜਾਤਾ ਬੰਦਾ ਠੀਕ ਆ ਯਾਰ ਤੁਸੀਂ ਆਈਸੋਲੇਸ਼ਨ ਚਲੇ ਗਏ ਹੋਵਗੇ ਤੁਸੀਂ ਪਤਾ ਨਹੀਂ ਤੁਹਾਡਾ ਕੀ ਸਿਸਟਮ ਬਣ ਗਿਆ ਹੋਊਗਾ ਪਰ ਮੈਂ ਕਹਿਣਾਗਾ ਕਿ ਜਦੋਂ ਮੈਂ ਕਿਹਾ ਉਹਨੂੰ ਕਿ ਤੇਰੀ ਮਾਂ ਨੂੰ ਤੇਰਾ ਜੀ ਨਹੀਂ ਕਰਦਾ ਮਿਲਣ ਨੂੰ ਉਹ ਰੋਣ ਲੱਗ ਗਿਆ ਮੈਂ ਪਹਿਲੀ ਵਾਰ ਦੇਖਿਆ ਕਿ ਯਾਰ ਕੀ ਇਹ ਬਣਾ ਦਿੰਨੇ ਆਪਸ ਸਤੋਂ ਗੈਂਗਸ ਤਰਾਂ ਯਾਰ ਇਹ ਬੰਦੀ ਨੇ ਯਾਰ ਉਹ ਪਿਗਲ ਗਿਆ ਬੁਰੀ ਤਰ੍ਹਾਂ ਉਹ ਰੋਣ ਲੱਗ ਗਿਆ ਆਪਣੀ ਮਾਂ ਨੂੰ ਯਾਦ ਕਰਕੇ ਤਾਂ ਮੈਂ ਇਹ ਗੱਲ ਕਹਿਣਾਗਾ ਕਿ ਕਿਤੇ ਤਾਂ ਯਾਰ ਤੁਹਾਡੀਆਂ ਵੀ ਮਾਮਾਂ ਨੇ ਯਾਰ ਕਿਸੇ ਦੀਆਂ ਵੀ ਮਾਮਾਂ ਨੇ ਸਾਰੀਆਂ ਮਾਮਾਂ ਨੇ ਸਾਡੀਆਂ ਮਾਮਾਂ ਨੇ ਸਾਡਾ ਪੰਜਾਬ ਆ ਸਾਡੇ ਪੁਰਖੇ ਨੇ ਸਾਡਾ ਇਤਿਹਾਸ ਆ ਕਿਉਂ ਅਸੀਂ ਇਹ ਜਿਹੜਾ ਫੈਲ ਵੀ ਗਿਆ ਏਡੇ ਵੱਡੇ ਪੱਧਰ ਤੇ ਯੂਪੀ ਨਾਲ ਜੁੜ ਗਿਆ ਰਾਜਸਥਾਨ ਜੁੜ ਗਿਆ ਹਰਿਆਣਾ ਨਾਲ ਜੁੜ ਗਿਆ ਸਾਰੀਆਂ ਸਟੇਟਾਂ ਸਾਡੀਆਂ ਨੇ ਸਾਡਾ ਮੁਲਕ ਆ ਇਹ ਜੋ ਅਸੀਂ ਬਈ ਨਹੀਂ ਕਰ ਰਹੇ ਸਿਸਟਮ ਨੂੰ ਜਿਹੜਾ ਤੁਸੀਂ ਕਹਿੰਦੇ ਹੋ ਬਾਰ-ਬਾਰ ਨਹੀਂ ਬਰੀ ਕਰ ਰਹੇ ਕਿਤੇ ਅਨਿਆਂ ਹੁੰਦਾ ਤੱਕਾ ਹੁੰਦਾ ਉੱਥੋਂ ਕੋਈ ਖੜਾ ਹੋ ਜਾਂਦਾ ਹੈਗਾ ਇਤਿਹਾਸ ਆਗਾ ਦੁਨੀਆ ਦਾ ਕ੍ਰਿਮੀਨਲ ਕੋਈ ਮਾਂ ਦੇ ਪੇਟ ਚੋਂ ਨਹੀਂ ਜਨਮ ਲੈਂਦੇ ਅਤਵਾਦੀ ਕੋਈ ਮਾਂ ਦੇ ਪੇਟ ਚੋਂ ਨਹੀਂ ਜੰਮਦਾ ਸਿਸਟਮ ਚ ਹੀ ਬਣਦਾ ਹੈ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਹੋਣਗੇ ਦਾ ਕਿ ਕਰ ਨਹੀਂ ਹੁੰਦਾ ਪਰ ਹੱਥ ਬੰਨ ਕੇ ਮੈਂ ਬਾਰ ਬਾਰ ਕਹਿ ਰਿਹਾ ਯਾਰ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਬਾਈ ਸਾਰਿਆਂ ਨੂੰ ਜਿੱਥੇ ਬੈਠਿਓ ਬਾਹਰ ਬੈਠਿਓ ਦੁਨੀਆ ਚ ਘੱਟੋ ਘੱਟ ਯਾਰ ਆਹ ਕੰਮ ਨਾ ਕਰੋ ਯਾਰ ਮੈਂ ਕੋਈ ਅਥਾਰਟੀ ਮੈਂ ਕੀ ਕਹਿ ਸਕਦਾ ਪੁਲਿਸ ਆ ਸਰਕਾਰ ਆ ਉਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਉਹਨਾਂ ਕੋਲੇ ਡੈਲੀਜੈਂਸ ਆ ਉਹਨਾਂ ਕੋਲੇ ਸਭ ਸਾਰਾ ਸਿਸਟਮ ਆ ਰਿਕਾਰਡ ਕਰਦੇ ਆ ਏਜੰਸੀਆਂ ਨੇ ਦੇਸ਼ ਦੀਆਂ ਪਰ ਯਾਰ ਸਾਡੇ ਮੁਲਕਾ ਸਾਡੇ ਪੰਜਾਬ ਐ ਸਾਡੀਆਂ ਹੀ ਮਾਵਾਂ ਦੇ ਪੁੱਤ ਨੇ ਸਾਡੇ ਭਰਾ ਨੇ ਸਾਰੇ ਕਿਰਪਾ ਕਰਕੇ ਜ਼ਰੂਰ ਸੋਚੋ ਅਸੀਂ ਨਹੀਂ ਕਹਿ ਰਹੇ ਇਹ ਗੱਲ ਜਿਹੜੀ ਤੁਸੀਂ ਵਾਰ-ਵਾਰ ਕਹਿੰਦੇ ਹੋ ਜਦੋਂ ਤੁਹਾਡੇ ਨਾਲ ਗੱਲ ਹੋਈ ਤੁਸੀਂ ਅਕਸਰ ਇਹ ਗੱਲਾਂ ਕਹੀਆਂ ਸਾਨੂੰ ਹਿੰਸਾ ਨੇ ਤੱਕਿਆ ਇਧਰ ਨੂੰ ਸਾਨੂੰ ਤੱਕ ਕੇ ਬਾੜ ਦਾ ਸਿਸਟਮ ਨੇ ਵੜ ਗਏ ਤੁਸੀਂ ਹੋ ਗਿਆ ਹੁਣ ਨਵੇਂ ਮੁੰਡਿਆਂ ਨੂੰ ਮੈਂ ਜ਼ਰੂਰ ਕਹੂੰਗਾ ਤੁਹਾਨੂੰ ਵੀ ਜਿਹੜੇ ਜਿਹੜੇ ਨਵੇਂ ਸਾਡੇ ਭੈਣ ਭਰਾ ਨੇ ਸਾਰੇ ਘਰਾਂ 'ਚ ਵੀ ਖਿਆਲ ਰੱਖੋ ਗੱਲ ਕਰੋ ਬੱਚਿਆਂ ਨਾਲ ਆਪਣੇ ਨਾਲ ਕਾਸਤ ਵਰਤ ਇਹਦੇ ਦੋ ਜਵਾਨ ਹੋ ਰਹੇ ਨੇ ਉਹਨਾਂ ਨਾਲ ਗੱਲਾਂ ਕਰੋ ਸ਼ੌਹਰਤ ਮੈਂ ਦੇਖਦਾਗਾ ਬੰਦੇ ਨੂੰ ਲੈ ਜਾਂਦੀ ਹੈ ਕਈ ਵਾਰ ਨਹੀਂ ਪਤਾ ਲੱਗਦਾ ਬੰਦੇ ਨੂੰ ਸਿੱਧੂ ਜਿਹੜੇ ਥਾਂ ਤੋਂ ਉੱਠ ਕੇ ਆਇਆ ਜਿੱਡਾ ਵੱਡਾ ਹੋ ਗਿਆ ਸੀ ਉਹ ਨਹੀਂ ਪਤਾ ਲੱਗਦਾ ਉਹ ਕਿਵੇਂ ਤਸ ਗਿਆ ਹੌਸਾਰੇ ਦਾ ਜਾਂ ਕਿਵੇਂ ਉਹ ਸਾਰੇ ਸਿਸਟਮ ਦੇ ਅੰਦਰ ਗੱਲਾਂ ਕਰਦਾ ਗਾਣਿਆਂ ਦੇ ਅੰਦਰ ਚਲਾ ਗਿਆ ਜੋ ਵੀ ਹੈਗਾ ਇਹ ਤੇ ਇੱਕ ਬਹੁਤ ਵੱਡੀ ਲਾਰਜਰ ਡਿਬੇਟ ਆ ਕਿ ਬੰਦਾ ਕਿਉਂ ਕਿੱਥੇ ਜਾਂਦਾ ਹੈ ਪਰ ਮੈਂ ਇਹ ਕਹਿਣਾਗਾ ਕਿ ਘੱਟੋ ਘੱਟ ਆਪਣੇ ਬੱਚਿਆਂ ਨਾਲ ਗੱਲਾਂ ਕਰੋ ਔਰ ਦੂਜੀ ਗੱਲ ਮੈਂ ਸਿਸਟਮ ਨੂੰ ਸਰਕਾਰ ਨੂੰ ਪੁਲਿਸ ਨੂੰ ਪਿਛਲੀਆਂ ਸਰਕਾਰਾਂ ਜਿੰਨੀਆਂ ਰਹੀਆਂ ਕੋਈ ਦੱਸੇ ਨਾ ਅੱਜ ਅੱਜ ਕੋਈ ਦੱਸੇ ਜਿਹੜੀਆਂ ਸਰਕਾਰਾਂ ਪੰਜਾਬ 'ਚ ਰਹੀਆਂ ਨੇ ਜਾਂ ਜਿਹੜੀ ਹੈ ਕਿਹੜਾ ਤੁਹਾਡੇ ਕੋਲੇ ਬਲੂਪ੍ਰਿੰਟ ਆ ਕਿਹੜਾ ਤੁਸੀਂ ਵਿਜ਼ਨ ਬਣਾਇਆ ਕੀ ਮੁਕਾਬਲੇ ਬਣਾ ਕੇ ਖਤਮ ਹੋ ਜਾਊਗਾ ਕਿ ਬੁਲਟ ਫਾਰ ਬੁਲਟ ਥਿਊਰੀ ਕਾਮਯਾਬਾ ਦੁਨੀਆ ਤੇ ਇਹ ਦੁਨੀਆ ਤੇ ਤੈਹ ਹੋ ਚੁੱਕਿਆ ਕਿ ਨਹੀਂ ਕਾਮਯਾਬ ਇਰਾਕ 'ਚ ਦੇਖ ਲਿਆ ਅਮਰੀਕਾ ਨੇ ਅਫਗਾਨਿਸਤਾਨ 'ਚ ਦੇਖ ਲਿਆ ਬੁਲਟ ਫਾਰ ਬੁਲਟ ਥਿਊਰੀ ਦੇ ਨਤੀਜੇ ਕੀ ਨਿਕਲਦੇ ਨੇ ਦੁਨੀਆ ਨੇ ਅਮਰੀਕਾ ਸਭ ਤੋਂ ਤਾਕਤਵਰ ਮੁਲਕ ਨੇ ਦੇਖ ਲਿਆ ਜਦੋਂ ਉਹਨੂੰ ਛੱਡਣਾ ਪਿਆ ਉੱਥੋਂ ਸਾਰਾ ਕੁਝ ਬੁਲਟ ਫਾਰ ਬੁਲਟ ਥਿਊਰੀਆਂ ਨਾਲ ਨਹੀਂ ਚੱਲਦੀ ਦੁਨੀਆ ਦੁਨੀਆ ਵਿਜ਼ਨ ਨਾਲ ਚੱਲਦੀ ਹੈ ਦੁਨੀਆ ਦੇ ਅੰਦਰ ਇੱਕ ਮੇਨ ਸਟ੍ਰੀਮ ਤੁਸੀਂ ਇਹਨਾਂ ਨੂੰ ਕਿਵੇਂ ਲੈ ਕੇ ਆਵੋ ਮਾਹੌਲ ਤਾਂ ਬਣਾਓ ਯਾਰ ਇਹਨਾਂ ਮੁੰਡਿਆਂ ਨੂੰ ਵਾਪਸ ਲਿਆਉਣ ਦਾ ਜਿਹੜੇ ਨਵੇਂ ਗਏ ਨੇ ਘਟੋ ਘਟ ਪੁਰਾਣਿਆਂ ਦੇ ਵੀ ਕੇਸ ਪੋਲਿਟੀਕਲ ਕੈਦੀਆਂ ਨੂੰ ਵੀ ਤਾਂ ਕੇਸ ਮਾਫ ਹੁੰਦੇ ਹੀ ਨੇ ਜਿਹੜੀਆਂ ਪੋਲਿਟਿਕਲ ਮੂਵਮੈਂਟਸ ਹੁੰਦੀਆਂ ਉਹਨਾਂ ਦੇ ਵੀ ਤਾਂ ਕੇਸ ਰਫਾ ਦਫਾ ਹੋ ਕੇ ਬਾਹਰ ਲਿਉਨੇ ਉਹਨਾਂ ਨੂੰ ਜੇ ਅਸੀਂ ਸਿਸਟਮ ਠੀਕ ਕਰਨਾ ਪੰਜਾਬ ਨੂੰ ਠੀਕ ਕਰਨਾ ਦੇਸ਼ ਨੂੰ ਠੀਕ ਕਰਨਾ ਸਾਡੇ ਨੂੰ ਤਾਂ ਸਾਡਾ ਸਿਸਟਮ ਦਾ ਫਰਜ ਕੀ ਹੈ ਸਾਡੀ ਪੁਲਿਸ ਦਾ ਫਰਜ ਕੀ ਹੈ ਸਾਡੀਆਂ ਸਰਕਾਰਾਂ ਦਾ ਫਰਜ ਕੀ ਹੈ ਵੱਡਾ ਦਿਲ ਕਰੋ ਨਾ ਯਾਰ ਥੋੜਾ ਜਿਹਾ ਉਹ ਆਮ ਬੰਦੇ ਨੇ ਤੁਸੀਂ ਟ੍ਰੇਨਡ ਹੋ ਤੁਸੀਂ ਸਟੇਟ ਹੋ ਪੁਲਿਸ ਇੱਕ ਟ੍ਰੇਨਡ ਫੋਰਸ ਹੈ ਉਹ ਅਨਟ੍ਰੇਨਡ ਨੇ ਮੰਨ ਲਓ ਉਹਨਾਂ 'ਚ ਕੁਝ ਲੋਕ ਹੋਣਗੇ ਕੋਈ ਗੱਲ ਨਹੀਂ ਕ੍ਰਿਮੀਨਲ ਹੋਣਗੇ ਮੋਸਟ ਕ੍ਰਿਮੀਨਲ ਹੋਣਗੇ ਗਲਤ ਆ ਕਰੋ ਉਹਨਾਂ ਨਾਲ ਡਾਇਲੌਗ ਤਾਂ ਕਰੋ ਲਿਆਓ ਵਾਪਸ ਉਹਨਾਂ ਨੂੰ ਵੱਡਾ ਦਿਲ ਕਰ ਲੋ ਵੱਡਾ ਦਿਲ ਕਰਕੇ ਲਿਆਓ ਮਾਪਿਓ ਦੇ ਨਾਲ ਮਿਲਾਓ ਔਰ ਇਹ ਨਹੀਂ ਹੈਗਾ ਕਿ ਇਹ ਸਾਰਾ ਆਪਾਂ ਕਹਿ ਦਿੰਦੇ ਆ ਕਿ ਥਿਊਰੀ ਆਉਂਦੀ ਹੈ ਕਿ ਜੀ ਆਰਥਿਕ ਤੌਰ ਤੇ ਠੀਕ ਹੈ ਮੇਰਾ ਇਹ ਮੰਨਣਾ ਨੌਜਵਾਨਾਂ ਦੀ એનર્ਜੀ ਚੈਨਲਾਈਜ਼ ਹੋਣੀ ਚਾਹੀਦੀ ਆ ਗਰਾਊਂਡਾਂ 'ਚ ਮੇਰੇ ਯਾਦ ਆ ਜਦੋਂ ਅਸੀਂ ਸਕੂਲ 'ਚ ਪੜਦੇ ਸੀ ਗਰਾਊਂਡ ਪੰਜਾਬ ਦੇ ਬਹੁਤ ਵੱਡੇ ਪੱਦਰ ਤੇ ਹਰ ਰੋਜ਼ ਸ਼ਾਮ ਨੂੰ ਗਰਾਊਂਡਾਂ 'ਚ ਇੰਨੇ ਮਹਿਫਲ ਹੁੰਦੀ ਸੀ ਉਹ ਮੁੱਕ ਗਈ ਹੈ ਉੱਥੇ ਟੀਕੇ ਲਾਏ ਜਾ ਰਹੇ ਨੇ ਨਸ਼ਾ ਉੱਥੇ ਨਸ਼ੇਵਾਲ ਵੀ ਬੰਦਾ ਕਿਉਂ ਜਾਂਦਾ ਹੈ ਜਿਹੜਾ ਵਿਕਟਮ ਨੂੰ ਬਲੇਮ ਕਰ ਦੇਣਾ ਪੀੜਤ ਨੂੰ ਹੀ ਦੋਸ਼ੀ ਬਣਾ ਦੇਣ ਦੀ ਥਿਉਰੀ ਬੜੀ ਗਲਤ ਹੈ ਨਸ਼ੇ ਤੇ ਜਿਹੜੇ ਮੁੰਡਿਆਂ ਦੇ ਨੂੰ ਪੀੜਤ ਨੇ ਉਹ ਕਿਹੜੀ ਹਿੰਸਾ ਦੇ ਪੀੜਤ ਨੇ ਸਾਨੂੰ ਨਹੀਂ ਪਤਾ ਉਹ ਪਰਿਵਾਰਾਂ ਚ ਹੋਊਗੀ ਉਹ ਸਿਸਟਮ ਚ ਹੈ ਉਹ ਸੰਸਥਾਵਾਂ ਚ ਹੈ ਹਿੰਸਾ ਨਾਲ ਟੁੱਟਿਆ ਹੋਇਆ ਮਨੁੱਖ ਹੀ ਕਿਸੇ ਚੀਜ਼ ਵੱਲ ਨੂੰ ਵੱਧਾਗਾ ਹਿੰਸਾ ਦੀ ਰਿਫਲੈਕਸ਼ਨ ਚ ਉਹਦੀਆਂ ਅੱਗੇ ਹਿੰਸਾਵਾਂ ਨੇ ਉਹ ਹਿੰਸਾਵਾਂ ਦੇ ਰੂਪ ਬਹੁਤ ਸਾਰੇ ਨੇ ਉਹ ਪਿਸਤੌਲ ਨਹੀਂ ਇਕੱਲਾ ਗੋਲੀ ਚਲਾਉਣੀ ਨਹੀਂ ਹੈ ਉਹ ਬਹੁਤ ਸਾਰੇ ਤਰ੍ਹਾਂ ਦੀਆਂ ਹਿੰਸਾਵਾਂ ਨੇ ਹਿੰਸਾ ਦੇ ਉੱਤੇ ਇੱਕ ਮਤਲਬ ਇਹ ਐਡੀਆਂ ਲਾਰਜਰ ਸਾਨੂੰ ਇੱਕ ਪਰਸਪੈਕਟਿਵ ਰੱਖਣਾ ਚਾਹੀਦਾ ਸਟੇਟ ਨੂੰ ਖੁੱਲਾ ਦਿਲ ਕਰਨਾ ਚਾਹੀਦਾ ਇਹਨਾਂ ਮੁੰਡਿਆਂ ਦੇ ਲਈ ਵੀ ਖੁੱਲਾ ਦਿਲ ਕਰੋ ਜੇ ਵਾਕਈ ਕੋਈ ਕ੍ਰਿਮਨਲ ਆ ਸੀ ਨਹੀਂ ਕਹਿੰਦਾ ਕਿ ਕ੍ਰਿਮਨਲ ਦੇ ਉੱਤੇ ਕਾਰਵਾਈ ਕ੍ਰਿਮਨਲ ਨਹੀਂ ਹੋਣੀ ਚਾਹੀਦੀ ਜਿਹੜਾ ਨਹੀਂ ਸੁਧਰ ਰਿਹਾ ਮੌਕੇ ਦੇਣ ਤੋਂ ਬਾਅਦ ਵੀ ਤੁਸੀਂ ਕਰੋ ਕਾਨੂੰਨੀ ਕਾਰਵਾਈਆਂ ਉਹਦੇ ਤੇ ਜਿੰਨੀਆ ਮਰਜ਼ੀ ਕਰੋ ਪਰ ਇੱਕ ਵਾਰ ਸਟੇਟ ਵੀ ਵੱਡਾ ਦਿਲ ਕਰੇ ਪੁਲਿਸ ਵੀ ਵੱਡਾ ਦਿਲ ਕਰੇ ਮੇਨ ਸਟ੍ਰੀਮ ਚ ਆਪਾਂ ਲਿਆਉਣ ਦਾ ਕੋਈ ਪ੍ਰੋਗਰਾਮ ਤਾਂ ਬਣਾਈਏ ਜਦੋਂ ਆਪਾਂ ਇਹ ਖਤਮ ਕਰਨਾਗਾ ਜਦੋਂ ਸਾਰੇ ਕਹਿੰਦੇ ਹੋ ਪੁਲਿਸ ਵੀ ਕਹਿੰਦੀ ਹੈ ਸਟੇਟ ਵੀ ਕਹਿੰਦੀ ਹੈ ਪਿਛਲੀਆਂ ਸਰਕਾਰਾਂ ਨੇ ਵੀ ਕਿਹਾਗਾ ਇਹ ਤਾਂ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕਿਹਾ ਸੁਬੀਰ ਸਿੰਘ ਬਾਦਲ ਨੇ ਨਹੀਂ ਕਿਹਾ ਕੈਪਟਨ ਵਿੰਦਰ ਸਿੰਘ ਨੇ ਨਹੀਂ ਕਿਹਾ ਚੰਨੀ ਨੇ ਨਹੀਂ ਕਿਹਾ ਸਭ ਨੇ ਕਿਹਾਗਾ ਕਿ ਨੂੰ ਆਪਾਂ ਠੀਕ ਕਰਨਾ ਠੀਕ ਕਰਨ ਦੇ ਲਈ ਸੋਰਾ ਸਿਰ ਜੋੜ ਕੇ ਬਹਿ ਜਾਓ ਸਾਰਿਆਂ ਨੂੰ ਕਰ ਲੋ ਜ਼ਰੂਰੀ ਥੋੜੀ ਹੈਗਾ ਕਿ ਸਟੇਟ ਹੀ ਸਿਆਣੀ ਆ ਜ਼ਰੂਰੀ ਥੋੜੀ ਆ ਪੁਲਿਸ ਹੀ ਸਿਆਣੀ ਆ ਵਿਦਵਾਨਾਂ ਨੂੰ ਸ਼ਾਮਲ ਕਰੋ ਔਰ ਜਿਹੜੀ ਮੈਂ ਗੱਲ ਕਹੇ ਨਾ ਕਿ ਨਹੀਂ ਹੈਗਾ ਕਿ ਸਿਰਫ ਆਰਥਿਕ ਕਾਲਾ ਮਸਲਾ ਲਾਰੈਂਸ ਬਸ਼ਨੋਈ ਕੋਲ ਤਾਂ ਬਹੁਤ ਜ਼ਮੀਨ ਹੈ ਬਹੁਤ ਸਾਰੇ ਲੋਕਾਂ ਕੋਲੇ ਬੜੇ ਅਮੀਰ ਉਹ ਨੇ ਕੈਨੇਡਾ ਅਮਰੀਕਾ ਚ ਸਾਡੇ ਮੁੰਡੇ ਜਾਂਦੇ ਨੇ ਉੱਥੇ ਗੈਂਗਸਟਰ ਬਣ ਜਾਂਦੇ ਨੇ ਉੱਥੇ ਦਾ ਕੋਈ ਤੋੜਾ ਨਹੀਂਗਾ ਉਹ ਸਾਡੇ ਕੋਈ ਮਸਲੇ ਹੋਣਗੇ ਮੈਂ ਉਹੀ ਕਹਿ ਰਿਹਾ ਕਿ ਪੰਜਾਬ ਦਾ ਹਿੰਸਾ ਨਾਲ ਰਿਸ਼ਤਾ ਕੀ ਹੈ ਇਹਦੇ ਬਾਰੇ ਤੇ ਗੱਲ ਤਾਂ ਕਰਨੀ ਪਊ ਸਾਨੂੰ ਪੰਜਾਬ ਦਾ ਹਿੰਸਾ ਨਾਲ ਕਿਸ ਤਾ ਕੀ ਹੈ ਪੰਜਾਬ ਦਾ ਇਤਿਹਾਸ ਨਾਲ ਰਿਸ਼ਤਾ ਕੀ ਹੈ ਇਹ ਜਿਹੜੀਆਂ ਅਸੀਂ ਬੀਤੇ ਤੇ ਗੋਲੀਆਂ ਚਲਾਈਆਂ ਨਹੀਂਆਂ ਜਿਹੜਾ ਸਾਨੂੰ ਵਰਤਮਾਨ ਤੇ ਭਵਿੱਖ ਚ ਤੰਗ ਕਰ ਰਹੀਆਂ ਨੇ ਤੇ ਸਾਨੂੰ ਗੱਲ ਕਰਨੀ ਪਊ ਨਾ ਖੁੱਲ੍ਹਦਿਲੀ ਨਾਲ ਵੱਡਾ ਦਿਲ ਰੱਖਣਾ ਪਊ ਸਾਰਿਆਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਚਨਾਪਾਉ ਤਾ ਤੁਹਾਨੂੰ ਲੱਗਦਾ ਮੌਕਾ ਆ ਗਿਆ ਕੋਈ ਵੀ ਮੌਕਾ ਆ ਜੇ ਵੀ ਹਾਂ ਹੁਣ ਫਲਾਣਾ ਇਹਨੂੰ ਰਗੜ ਦੋ ਫਲਾਣਾ ਆ ਗਿਆ ਫਲਾਣ ਨੂੰ ਰਗੜ ਦੋ ਸਾਡਾ ਫਾਨੀ ਪਾਰਟੀ ਨੂੰ ਰਗੜ ਦੋ ਇਹਦੇ ਚ ਕੁਝ ਨਹੀਂ ਨਿਕਲਣਾ ਜਿੱਦ ਤੁਹਾਡੀ ਸਿਰਦ ਤਾਂ ਨਜ਼ਰ ਆਉਂਦੀ ਤੁਸੀਂ ਕਿੰਨੇ ਕੁ ਸਵੈਰਦ ਦੋਗੇ ਨਿੱਕੀਆਂ-ਨਿੱਕੀਆਂ ਗੱਲ ਤੁਸੀਂ ਕਿੰਨੇ ਨਿੱਕੇ ਹੋਗੇ ਇੱਥੋਂ ਪਤਾ ਲੱਗਦਾ ਗੱਲ ਕਰਨੀ ਚਾਹੀਦੀ ਹੈਗੀ ਇੱਕ ਵੱਡੀ ਸ਼ਾਮਲ ਕਰੋ ਸਾਰਿਆਂ ਨੂੰ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਵੀ ਕਿਉਂ ਜਿਹੜਾ ਇਹਨਾਂ ਚੋਂ ਠੀਕ ਹੋਇਆ ਉਹਨੂੰ ਵਿੱਚ ਬਿਠਾਓ ਇਨਾਂ ਚੋਂ ਵੀ ਜਿਹੜਾ ਅੰਦਰੋਂ ਕਹਿੰਦਾਗਾ ਕਿ ਮੈਂ ਠੀਕਾਂ ਗੱਲ ਕਰਾਂ ਉਹਨੂੰ ਵਿੱਚ ਬਿਠਾਓ ਮੀਟਿੰਗ ਦੇ ਦੱਸੋ ਵੀ ਤੁਹਾਡੇ ਕੀ ਮਸਲੇ ਨੇਗੇ ਕਲੋਜ਼ਰ ਹੈ ਕਿਤੇ ਗੱਲਾਂ ਦਾ ਰੀਕੰਸਿਲੀਏਸ਼ਨ ਹੈ ਕਿਤੇ ਪੰਜਾਬ ਦੇ ਅੰਦਰ ਕਿੰਨਾ ਕੁਛ ਹੋਇਆ ਇੱਕ ਤਿੰਨ ਦਹਾਕੇ ਹਿੰਸਾ ਉਹਦੇ ਵਿੱਚ ਕਿੰਨਾ ਕੁਛ ਹੈਗਾ ਸਟੇਟ ਤੇ ਸਵਾਲ ਨੇ ਪਾਰਟੀਆਂ ਤੇ ਸਵਾਲ ਨੇ ਬਹੁਤ ਸਾਰੇ ਕਿਸੇ ਦੇ ਸਵਾਲ ਨੇ ਉਹ ਸਵਾਲਾਂ ਦਾ ਕਿਤੇ ਕਲੋਜ਼ਰ ਕਿਵੇਂ ਹੋਊਗਾ ਅਸੀਂ ਕਿਤੇ ਜਾ ਕੇ ਤਾਂ ਚੀਜ਼ਾਂ ਦੇ ਸਿੱਟੇ ਦੇ ਉੱਤੇ ਪਹੁੰਚਾਂਗੇ ਮੈਂ ਤਾਂ ਅਕਸਰ ਕਹਿਣਾ ਹੁੰਨਾ ਕਿ ਕਦੇ ਕੋਈ ਸਮਾਜ ਬਹੁਤ ਸ਼ਾਂਤਮਈ ਤਰੀਕੇ ਨਾਲ ਨਹੀਂ ਰਹਿਣਗੇ ਜਿਵੇਂ ਆਦ ਸਮਾਜ ਸੀਗਾ ਹਿੰਸਾ ਦੀ ਉੱਥੇ ਵੀ ਹੋਊਗਾ ਉਹ ਵੱਖਰੀ ਗੱਲ ਹੈ ਸੈਟੀ ਦੀ ਡਿਵੈਲਪਮੈਂਟ ਹੁੰਦੀ ਹੈ ਪਰ ਸਾਨੂੰ ਮੈਂ ਨਹੀਂ ਕਹਿੰਦਾ ਮੇਰੇ ਕੋਲੇ ਗੱਲਾਂ ਦੇ ਜਵਾਬ ਨਹੀਂ ਜੇ ਮੇਰੇ ਕੋਲੇ ਗੱਲਾਂ ਦੇ ਜਵਾਬ ਹੁੰਦੇ ਸ਼ਾਇਦ ਮੈਂ ਦੱਸ ਦਿੰਦਾ ਇਹ ਹਿੰਸਾ ਇਹ ਬੜਾ ਕੰਪਲਿਕੇਟਿਡ ਮਸਲਾ ਹੈ ਸੱਚ ਆ ਗਿਆ ਬਹੁਤ ਕੰਪਲਿਕੇਟਿਡ ਮਸਲਾ ਸਾਡੇ ਮੁੰਡੇ ਕਿਉਂ ਟਰੈਕਟ ਹੁੰਦੇ ਨੇ ਚੀਜ਼ਾਂ ਵੱਲ ਔਰ ਆਧੁਨਿਕਤਾ ਨੇ ਸਾਡਾ ਬੇੜਾਗਰ ਕੀਤਾਗਾ ਇਹਦੀ ਮਾਡਰਨਿਟੀ ਆਈ ਹੈ ਨਾ ਜਿਹਦੇ ਚ ਤੁਸੀਂ ਜਿਹਨੂੰ ਬੜਾ ਸੈਲੀਬ੍ਰੇਸ਼ਨ ਆ ਜਿਹਦਾ ਮਾਡਰਨਿਟੀ ਦਾ ਜੋ ਮਾਡਰਨਿਟੀ ਨੇ ਜੀ ਬੱਲੇ ਬੱਲੇ ਕਰਵਾਤੀ ਉਹ ਆਧੁਨਿਕਤਾ ਨੇ ਵੀ ਬੇੜਾਗਰ ਕੀਤਾ ਜਿਹੜੀਆਂ ਚੀਜ਼ਾਂ ਨਾਲ ਸਾਨੂੰ ਰਿਸ਼ਤੇ ਰੱਖਣ ਦੀ ਲੋੜ ਸੀ ਜਿਹੜੇ ਸਾਡੇ ਸਾਰੇ ਉਹ ਸੰਸਕਾਰ ਨੇ ਜਾਂ ਸਾਡੇ ਜਿਹੜਾ ਰਿਸ਼ਤਾਗਾ ਕੱਲ ਹੀ ਮੈਂ ਕਹਿ ਰਿਹਾ ਸੀ ਇਹ ਗੱਲ ਕੋਈ ਤਾਂ ਕਹਿਣ ਵਾਲਾ ਹੋਵੇ ਨਾ ਕਿਸੇ ਨੂੰ ਸਾਡੇ ਬਾਪੂ ਅੱਜ ਵੀ ਸਾਡਾ ਕੰਨ ਫੜ ਲੈਣ ਸਾਨੂੰ ਲੱਗਦਾ ਫੜਨ ਇਹ ਚੀਜ਼ਾਂ ਨੇ ਜਿਹੜੀਆਂ ਕਿਤੇ ਇਹ ਵੀ ਚੀਜ਼ਾਂ ਮਤਲਬ ਉਹਦੇ ਚ ਸਾਰੀਆਂ ਚੀਜ਼ਾਂ ਨੇ ਇਹ ਐਡਮਿਨਿਸਟ੍ਰੇਟਿਵ ਮਸਲਾ ਨਹੀਂ ਆ ਇਕੱਲਾ ਇਹ ਚ ਵਿਜ਼ਨ ਦੀ ਲੋੜ ਆ ਇਹ ਚ ਬਹੁਤ ਵੱਡੇ ਰਿਫਾਰਮ ਦੀ ਲੋੜ ਆ ਇਹਦੇ ਚ ਬਹੁਤ ਵੱਡਾ ਦਿਲ ਕਰਨ ਦੀ ਲੋੜ ਆ ਅੰਗੇਜ ਕਰਨ ਦੀ ਲੋੜ ਆ ਨਵੀਂ ਪੀੜੀ ਨਾਲ ਅੰਗੇਜ ਤਾਂ ਕਰੋ ਇਹ ਜਿਹੜੀ ਪੀੜੀ ਜਾ ਰਹੀ ਹੈ ਇਧਰ ਨੂੰ ਜਾ ਹੀ ਰਹੀ ਹੈ ਜਾ ਹੀ ਰਹੀ ਹੈ ਰੁਕੀ ਨਹੀਂ ਰਹੀ ਕਿੰਨੇ ਤੁਸੀਂ ਮੁਕਾਬਲੇ ਕਰਦੇ ਹੋ ਇੱਕ ਦਿਨ ਮੁਕਾਬਲਾ ਕਰਦੇ ਨੇ 10 15 ਦਿਨ ਮਹੀਨੇ ਦਿਨ ਸ਼ਾਂਤੀ ਰਹਿੰਦੀ ਆ ਫੇਰ ਕੋਈ ਨਵਾਂ ਗੰਢ ਹੋ ਜਾਂਦਾ ਡਰਤਾ ਡਰ ਦੀ ਜਿਹੜੀ ਪੋਲਿਟਿਕਸ ਆ ਕਿੰਨੀ ਕਲੰਬੀ ਹੁੰਦੀ ਹੈ ਜੀ ਦਰਦੀ politiks کوئی بہت ਲੰਬੀ ਨਹੀਂ ਜਾ ਸਕਦੀ ਕਿੰਨਾ ਚਿਰ ਦਰਦੀ politiks ਕਰ ਲਓਗੇ ਤੁਸੀਂ ਉਹ ਸਵਾਲ ਦੁਬਾਰਾ ਫੇਰ ਸਾਹਮਣੇ ਆ ਜਾਣਗੇ ਚਾਹੇ ਉਹ politikal ਸਵਾਲ ਨੇ ਉਹ ਵੀ ਆ ਜਾਂਦੇ ਨੇ ਅਸੀਂ ਦੇਖਦੇ ਆਂਗੇ ਪੰਜਾਬ ਦੇ ਅੰਦਰ ਜੋ ਹੈ ਉਹ ਦੁਬਾਰਾ ਹਰ ਵਾਰ ਆ ਕੇ ਸਵਾਲ ਕਿਵੇਂ ਸਾਡੇ ਸਾਹਮਣੇ ਖੜੇ ਹੁੰਦੇ ਨੇ ਹਰ ਸਾਲ ਖੜੇ ਹੋ ਜਾਂਦੇ ਨੇ ਉਹਨਾਂ ਦਾ ਕੋਈ ਹੈ ਕਲੋਜ਼ਰ ਜੋ ਤੱਕ ਉਹਨਾਂ ਦਾ ਕਲੋਜ਼ਰ ਨਹੀਂ ਹੋਊਗਾ ਜਦੋਂ ਉਹਨਾਂ ਲੋਕਾਂ ਨੂੰ ਅਹਿਸਾਸ ਨਹੀਂ ਕਰਾਇਆ ਜਾਉ ਜਿਵੇਂ ਅਫਰੀਕਾ ਦੇ ਅੰਦਰ ਟਰੂਥ ਕਮਿਸ਼ਨ ਬਣੇ ਸੀਗੇ ਕੋਈ احساس ਨਹੀਂ ਕਰਾਇਆ ਜਾਊ ਯਾਰ ਹਾਂ ਜੋ ਹੋ ਗਿਆ ਕੋਈ ਪਛਤਾਪ ਨਹੀਂ ਹੋਊਗਾ ਕਿੰਨੀਆਂ ਚੀਜ਼ਾਂ ক্লোਜ਼ ਹੋ ਜਾਣਗੀਆਂ ਉਹ ਸਾਈਕੀਚ ਪਈਆਂ ਰਹਿਣਗੀਆਂ ਉਹ ਮਤਲਬ ਫਿਜ਼ੀਕਲੀ ਆਊਟ ਹੋ ਸਕਦੀਆਂ ਨੇ ਉਹ ਪੋਲਿਟੀਕਲ ਮਟੀਰੀਅਲ ਕੰਡੀਸ਼ਨ ਚੋਂ ਆਊਟ ਹੋ ਸਕਦੀਆਂ ਨੇ ਪਰ ਉਹ ਉਮੀ ਰਹਿਣਗੀਆਂ ਤਾਂ ਸਾਰੀ ਪੋਲਿਟੀਕਲ ਕਲਾਸ ਸਾਰੀ ਪੁਲਿਸ ਸਾਰਾ ਸਿਵਲ ਐਡਮਿਨਿਸਟ੍ਰੇਸ਼ਨ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਸੀਐਮ ਨੂੰ ਲੱਗਦਾਗਾ ਔਰ ਆਲ ਪਾਰਟੀ ਮੀਟਿੰਗ ਕਰਕੇ ਇੱਕ ਵਿਦਵਾਨਾਂ ਨੂੰ ਇਹਦੇ ਵਿੱਚ ਬਿਠਾਉਣਾ ਚਾਹੀਦਾ ਮੈਂ ਕਹਿ ਰਿਆਂਗਾ ਕਿ ਇਹ ਮਸਲਾ ਜੇ ਇੰਨਾ ਸੌਖਾ ਹੁੰਦਾ ਇੱਕਲਾ ਇਕਨੋਮਿਕਸ ਵਾਲਾ ਮਸਲਾ ਨਹੀਂ ਹੈ ਕਿ ਆਰਥਿਕ ਤੌਰ ਤੇ ਮੁੰਡਿਆਂ ਕੋ ਰੋਜ਼ਗਾਰ ਨਹੀਂ ਤਾਂ ਇੱਥੇ ਛੋਟੀਆਂ-ਛੋਟੀਆਂ ਗੱਲਾਂ ਹੈਗੀਆਂ ਨੇ ਬਹੁਤ ਸਾਰੀਆਂ ਵੀ ਮੁੰਡੇ ਗਰਾਉਂਡਾਂ ਜਾਣ એનર્ਜੀ ਉਹਨਾਂ ਦੀ ਚੈਨਲਾਈਜ਼ ਹੋਵੇ ਜਦੋਂ ਕਿਸੇ ਯੂਥ ਦੀ એનર્ਜੀ ਚੈਨਲਾਈਜ਼ ਨਹੀਂ ਹੋਉ ਕਿੱਧਰ ਜਾਊਗਾ ਨਸ਼ੇ ਵੱਲ ਜਾਊ ਜਾਂ ਹਿੰਸਾ ਵੱਲ ਜਾਊ ਤਾਂ ਹਿੰਸਾ ਦਾ ਰਿਸ਼ਤਾ ਪੰਜਾਬ ਦੇ ਨਾਲ ਕੀ ਹੋਵੇ ਇਹਦੇ ਇੱਕ ਵੱਡਾ ਦਿਲ ਕਰਕੇ ਵੱਡਾ ਮਨ ਕਰਕੇ ਸਾਨੂੰ ਬੈਠਣਾ ਪਊ ਸਾਰਿਆਂ ਨੂੰ ਸਿਰ ਜੋੜ ਕੇ ਇਹ ਛੋਟੀਆਂ-ਛੋਟੀਆਂ ਜਿਹੜੀਆਂ ਈਗੋਜ਼ ਨੇ ਨਾ ਜਿਹੜੀਆਂ ਨਿੱਜੀ ਤੁਹਾਨੂੰ ਲੱਗਦਾਗਾ ਕਿ ਹੁਣ ਮੌਕਾ ਆ ਗਿਆ ਹੁਣ ਫਲਾਣੇ ਨੂੰ ਰਗੜ ਦੋ ਕੀ ਐ ਇਹਦੇ 'ਚ ਕਿੱਡਾ ਕੁ ਵਿਜ਼ਨ ਆ ਤੁਹਾਡਾ ਉੱਥੋਂ ਨਜ਼ਰ ਆ ਜਾਂਦਾਗਾ ਮੈਂ ਬਾਰ-ਬਾਰ ਕਹਿ ਰਿਹਾ ਹਾਂ ਆਲੋਚਨਾ ਹੋਣੀ ਜ਼ਰੂਰੀ ਐ ਡੈਮੋਕ੍ਰੇਸੀ ਦੇ ਅੰਦਰ ਹੋਣੀ ਚਾਹੀਦੀ ਐ ਆਲੋਚਨਾ ਸੱਤਾ ਧਿਰ ਦੀ ਆਲੋਚਨਾ ਹੋਣੀ ਚਾਹੀਦੀ ਐ ਜਿਹੜੀ ਵੀ ਗੜਬੜ ਹੁੰਦੀ ਐ ਪਰ ਮਸਲਾ ਇਹ ਆ ਇਕੱਲਾ ਪੋਲਿਟਿਕਲ ਪਾਰਟੀਆਂ ਦਾ ਨਹੀਂ ਮੈਂ ਵੈਸੇ ਓਵਰਆਲ ਗੱਲ ਕਰ ਰਿਹਾ ਇੱਕ ਕਿ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਜਿਹੜੇ ਵੀ ਜਿਹੜੇ ਲੱਗਦੇ ਆ ਸੀਐਮ ਨੂੰ ਲੱਗਦੇ ਆ ਕੈਬਨਿਟ ਨੂੰ ਲੱਗਦੇ ਆ ਵਿਦਵਾਨਾਂ ਨੂੰ ਲੱਗਦੇ ਆ ਜਿਹੜੇ ਜਿਹੜੇ ਲੱਗਦੇ ਆ ਕਿ ਯਾਰ ਆ ਲੋਕ ਸਿਰ ਜੋੜ ਕੇ ਬੈਠਣ ਪੰਜਾਬ ਦੇ ਮਸਲੇ ਦਾ ਹੱਲ ਹੋਊ ਸਾਨੂੰ ਇਹਨਾਂ ਮਸਲਿਆਂ ਤੇ ਕਲੈਕਟਿਵ ਲੀਡਰਸ਼ਿਪ ਖੜੀ ਕਰਨ ਦੀ ਲੋੜ ਆ ਸਾਨੂੰ ਇਹਨਾਂ ਮਸਲਿਆਂ ਦੇ ਉੱਤੇ ਕਲੈਕਟਿਵ ਡਿਸੀਜਨ ਲੈਣ ਦੀ ਲੋੜ ਆ ਤਾਂ ਕਿ ਪੋਲਿਟਿਕਸ ਦੀ ਵੀ ਗੁੰਝੈਸ਼ ਨਾ ਹੋਵੇ ਜਦੋਂ ਜਦੋਂ ਪੰਜਾਬ ਦੇ ਹਿੱਤ ਦੀ ਗੱਲ ਆ ਵੈਸੇ ਪੋਲਿਟਿਕਸ ਕਰੋ ਰਾਜ-ਰਾਜ ਕੇ ਪੋਲਿਟਿਕਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਰਾਜਨੀਤੀ ਹੋਣੀ ਚਾਹੀਦੀ ਹੈ ਪਰ ਜਦੋਂ ਪੰਜਾਬ ਦੇ ਹਿੱਤ ਦੀ ਗੱਲ ਹੈ ਜਦੋਂ ਪੰਜਾਬ ਦੇ ਪਿਆਰ ਦੀ ਗੱਲ ਹੈ ਜਦੋਂ ਪੰਜਾਬ ਦੀ ਸਾਂਝੀ ਵਾਲਤਾ ਦੀ ਗੱਲ ਹੈ ਉਦੋਂ ਘੱਟੋ-ਘੱਟ ਉਹ ਨਾ ਹੋਵੇ ਉਦੋਂ ਇੱਕ ਵੱਡੀ ਗੱਲ ਉਦੋਂ ਸਾਰੇ ਲਾਰਜਰ ਇਨਫੈਕਟਿਵ 'ਚ ਰਹਿਣ ਸਾਰੇ ਆਪਦੇ ਅਕਾਲੀ ਦਲ ਕੋਲੇ ਆਪਦੇ ਕੋਈ ਵਿਦਵਾਨ ਹੋਣਗੇ ਉਹ ਭੇਜਣ ਕਾਂਗਰਸ ਕੋਲੇ ਆਪਦੇ ਹੋਣਗੇ ਆਮ ਆਦਮੀ ਪਾਰਟੀ ਕੋਲੇ ਹੋਣਗੇ ਲੈਫਟ ਕੋਲੇ ਰਾਈਟ ਕੋਲੇ ਜਿੰਨਾ ਵੀ ਆ ਸਾਰੇ ਉਹਨਾਂ ਕਿਉਂ ਇਹੀ ਹੈ ਕਿ ਦੇ ਰੈਕੋਗਨਾਈਜ਼ ਨਹੀਂ ਇਹੀ ਕਿਉ ਇਹਨਾਂ ਤੋਂ ਬਿਨਾ ਤੁਹਾਨੂੰ ਕੋਈ ਦਿਖ ਰਿਹਾ ਬੰਦਾ ਕਿਹੜਾ ਬੰਦਾ ਸਿਆਣੀ ਗੱਲ ਕਰ ਸਕਦਾ ਆ ਬੰਦਾ ਕੋਈ ਸੋਲੂਸ਼ਨ ਦੇ ਸਕਦਾ ਕੱਲਾ ਐਡਮਿਨਿਸਟ੍ਰੇਟਿਵ ਮਸਲੇ ਦਾ ਹੱਲ ਨਹੀਂ ਆਗਾ ਪਰ ਮੈਂ ਲਾਸਟ ਚ ਇੱਕ ਵਾਰ ਫੇਰ ਕਹੂੰਗਾ ਹੱਥ ਜੋੜ ਕੇ ਉਹਨਾਂ ਨੂੰ ਜਿਹੜੇ ਲਗਾਤਾਰ ਕਤਲੋਗਾਰਤਲ ਪੰਜਾਬ 'ਚ ਹੋ ਰਹੀਆਂ ਸਾਰੇ ਸਾਡੇ ਭਰਾ ਨੇ ਹੋਰ ਨਾ ਯਾਰ ਇੱਕ ਕਰੋਗੇ ਫਿਰ ਦੂਜਾ ਹੋ ਜਾਊਗਾ ਦੂਜਾ ਕਰੋਗੇ ਤੀਜਾ ਹੋ ਜਾਊਗਾ ਹੋਰ ਬਹੁਤ ਸਾਰਾ ਕੁਝ ਹੋਊਗਾ ਤੁਹਾਡੇ ਕੋਲ ਕਰਨ ਨੂੰ ਆ ਜਿਹੜਾ ਪੰਜਾਬ ਦੇ ਅੰਦਰ ਇਹ ਨਾ ਕਰੋ ਹੱਥ ਬੰਨ ਕੇ ਬੇਨਤੀ ਆ ਰੋਣਾ ਕੀ ਬੰਦਾ ਦੱਸੋ ਉੱਥੇ ਜਾ ਕੇ ਕੀ ਬੰਦਾ ਮਾਂ ਗੱਲ ਕੀ ਕਰੂ ਯਾਰ ਸ਼ਬਦ ਨਹੀਂ ਰਹਿੰਦੇ ਤੁਹਾਡੇ ਕੋਲੇ ਪਾਸ਼ਾ ਨਹੀਂ ਰਹਿੰਦੀ ਤਾਂ ਇਹੀ ਕਹਿ ਸਕਦਾ ਮੈਂ ਤਾਂ ਇਹ ਕਹਿਣਾ ਤੁਹਾਨੂੰ ਮੈਂ ਕਿਉਂਕਿ ਸਾਰੇ ਮੈਂ ਕਹਿਣਾ ਤੁਹਾਡੇ ਸਾਰਿਆਂ ਦੇ ਘਰਾਂ 'ਚ ਗਿਆ ਮੈਂ ਔਰ ਸਿਰਫ ਤੁਹਾਡੇ ਮਾਪਿਆਂ ਨਾਲ ਇਸ ਕਰਕੇ ਗੱਲ ਕੀਤੀ ਕਿ ਨੌਨ ਵਾਲੀ ਪੀੜ੍ਹੀ ਨੂੰ ਯਾਰ ਕੋਈ ਸ਼ਾਇਦ ਕੋਈ ਗੱਲ ਕੰਨ 'ਚ ਪੈ ਜਾਏ ਸ਼ਾਇਦ ਕਿਸੇ ਦੀ ਪਈ ਹੋਵੇ ਇਹ ਤਾਂ ਕੋਈ ਦਾਵਾ ਨਹੀਂ ਕਰ ਸਕਦਾ ਨਾ ਕੋਈ ਲਿਟਰੇਚਰ ਦਾ ਨਾ ਜਨਿਜ਼ਮ ਦਾ ਕੋਈ ਦਾਵਾ ਨਹੀਂ ਹੁੰਦਾਗਾ ਕਿ ਅਸੀਂ ਐ ਕਰਤਾ ਤੇ ਐ ਹੋ ਜਾਊਗਾ ਅਸੀਂ ਰਿਪੋਰਟ ਕਰਦੇ ਆਂ ਚੀਜ਼ਾਂ ਨੂੰ ਸਾਡਾ ਕੰਮ ਆ ਸਾਡਾ ਫਰਜ਼ ਆਓ ਮੈਂ ਸਾਰੀ ਇੱਕ ਸੀਰੀਜ਼ ਕੀਤੀ ਸੀ ਸਾਰਿਆਂ ਦੇ ਤੁਹਾਡੇ ਘਰੇ ਗਿਆ ਸਾਰਿਆਂ ਤੁਹਾਡੀਆਂ ਕੋਲ ਆਉਣ ਲੱਗੀਆਂ ਸਾਰੇ ਤੁਸੀਂ ਕਹਿਣ ਲੱਗ ਗਏ ਅਸੀਂ ਵਿਕਟਮ ਆ ਪਹਿਲਾਂ ਸਾਡੇ ਨਾਲ ਐ ਹੋਇਆਗਾ ਹੋਇਆ ਹੋਊਗਾ ਸਿਸਟਮ 'ਚ ਬਹੁਤ ਨਿਆ ਹੁੰਦੇ ਨੇ ਪਰ ਤੁਸੀਂ ਵੀ ਤਾਂ ਜਾ ਕੇ ਕਿੱਥੇ ਰੁਕਣਾ ਔਰ ਸਟੇਟ ਨੂੰ ਵੀ ਮੈਂ ਕਹੂੰਗਾ ਸਟੇਟ ਵੀ ਖੁੱਲੇ ਮਨ ਨਾਲ ਵੱਡਾ ਮਨ ਕਰਕੇ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਮਿਲਦਾ ਕੈਪਟਨ ਗਵਰਨਮੈਂਟ ਵੇਲੇ ਹੋਇਆ ਜਦੋਂ ਕੁਝ ਆਪ પોલીસ ਅਫਸਰ ਗਏ ਸੀਗੇ ਗੈਕਾਂ ਕੋਲ ਗਏ ਸੀ ਉਹ ਗਾਣੇ ਤੇ ਉਹ ਕੋਈ ਓਡਾ ਵੱਡਾ ਨਹੀਂ ਸੀ ਪਰ ਇਹਦੇ ਤੇ ਇੱਕ ਪਹਿਲਾਂ ਤਾਂ ਇਹਦੇ ਤੇ ਸਮਝ ਬਣਾਉਣ ਦੀ ਲੋੜ ਹੈ ਇਤੇ ਮਤਲਬ ਹਵਾਵਾਜੀ ਚ ਹਵਾ ਜਿਹੜੀ ਬਿਆਨਬਾਜ਼ੀ ਕਰਨ ਦੀ ਲੋੜ ਨਹੀਂ ਹੈ ਵੀ ਐ ਮਸਲਾ ਹੱਲ ਹੋ ਜੋ ਐ ਹਰ ਬੰਦਾ ਅੱਜਕੱਲ ਵਿਦਵਾਨ ਬਣਿਆ ਬੈਠਾਗਾ ਇਹ ਸਭ ਤੋਂ ਵੱਡੀ ਸਮੱਸਿਆ ਹੋ ਗਈ ਜੇ ਕੁਝ ਨਹੀਂ ਪਤਾ ਮੈਨੂੰ ਨਹੀਂ ਪਤਾ ਮੰਨ ਲਓ ਕਿ ਮਸਲੇ ਦਾ ਹੱਲ ਕੀ ਆ ਤਾਂ ਅਸੀਂ 50 ਜਾਨੇ ਬੈਠ ਸਕਦੇ ਆ 100 ਜਾਨੇ ਬੈਠ ਸਕਦੇ ਆ ਸ਼ਾਇਦ ਕੋਈ ਹੱਲ ਨਿਕਲ ਜਾਵੇ ਸ਼ਾਇਦ ਕੋਈ ਬੰਦਾ ਗੱਲ ਕਰੇ ਇਹ ਤਾਂ ਹੁਣ ਇੱਕ ਵੱਡੀ ਮਤਲਬ ਡਿਬੇਟ ਆ ਜਿਹਦੇ ਚ ਸਾਨੂੰ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਸਰਕਾਰ ਨੂੰ ਸੁਝਾਅ ਦੇਣੇ ਚਾਹੀਦੇ ਆ ਪਰ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਐ ਤੇ ਸਰਕਾਰ ਵੀ ਵੱਡਾ ਦਿਲ ਕਰੇ ਸਾਰਿਆਂ ਨੂੰ ਸ਼ਾਮਲ ਕਰੇ ਇਹ ਜਿਹੇ ਜਿੰਨੇ ਵੀ ਮਸਲੇ ਆ ਚਾਹੇ ਨਸ਼ੇ ਦਾ ਮਸਲਾਗਾ ਚਾਹੇ ਇਹਦੇ ਇਹਦੇ ਇਮੀਡੀਏਟਾ ਹੱਲ ਨਹੀਂ ਆ ਪੀੜਤ ਨੂੰ ਦੋਸ਼ੀ ਬਣਾਉਣ ਵਾਲੇ ਹੱਲ ਨਹੀਂ ਆ। ਮੈਂ ਬਾਰ-ਬਾਰ ਕਹਿ ਰਿਹਾਗਾ ਉਹਨਾਂ ਨੂੰ ਸ਼ਾਮਲ ਕਰੋ ਜਿਹੜਾ ਤੁਹਾਨੂੰ ਲੱਗਦਾ ਨਹੀਂ ਇਹ ਤਾਂ ਕ੍ਰਿਮਿਨਲ ਹੈ ਤਾਂ ਹਟਦਾ ਹੀ ਨਹੀਂਗਾ। ਉਹਦੇ ਲਈ ਇੱਕ ਤੁਹਾਡਾ ਹੋਸਾ ਪੁਲਿਸ ਦਾ ਇੱਕ ਆਪਣਾ ਸਿਸਟਮ ਆ। ਪਰ ਘਟੋ ਘਟ ਵੱਡਾ ਦਿਲ ਕਰਕੇ ਵੱਡੀ ਸਮਝ ਦੇ ਨਾਲ ਮੇਰੀ ਹੱਥ ਬੰਨ ਕੇ ਅਪੀਲ ਆ ਸਰਕਾਰ ਨੂੰ ਵੀ ਗੈਂਗਸਟਰਾਂ ਨੂੰ ਵੀ ਸਿਸਟਮ ਨੂੰ ਪੁਲਿਸ ਨੂੰ ਕਿ ਸਾਰੇ ਇਹਦੇ 'ਚ ਵਿਦਵਾਨਾਂ ਨੂੰ ਪੂਰੇ ਪੰਜਾਬੀਆਂ ਨੂੰ ਸਮੂਹ ਨੂੰ। ਔਰ ਇਹ ਹਰ ਥਾਂ ਦੇ ਉੱਤੇ ਮੈਂ ਕਹੂੰਗਾ ਜ਼ਰੂਰ ਇਹ ਗੱਲ ਸਾਂਝੀ ਹੋਵੇ। ਬਾਕੀ ਯਾਰ ਪੰਜਾਬ ਸਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਆ ਜੇ ਅਸੀਂ ਇੱਥੇ ਹੈਗੇ ਆ ਤਾਂ ਪੰਜਾਬ ਆ ਤਾਂ ਅਗੇ ਪੋਲਿਟিক্যাল ਕਲਾਸ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਐ ਪੋਲਿਟিক্যাল ਪਾਰਟੀਆਂ ਨੂੰ ਵੀ ਸਮਝਣੀ ਚਾਹੀਦੀ ਐ ਪੁਲਿਸ ਨੂੰ ਵੀ ਸਮਝਣੀ ਚਾਹੀਦੀ ਐ ਸਰਕਾਰ ਨੂੰ ਵੀ ਸਮਝਣੀ ਚਾਹੀਦੀ ਐ ਜੇ ਪੰਜਾਬ ਆ ਤਾਂ ਅਸੀਂ ਆ ਅਸੀਂ ਆ ਤਾਂ ਪੰਜਾਬ ਨਹੀਂ ਹੈਗਾ ਇਸ ਕਰਕੇ ਪੰਜਾਬ ਦੇ ਨਾਲ ਸਾਡਾ ਪੰਜਾਬ ਆ ਸਾਡੇ ਪੰਜਾਬ ਚ 100 ਜਿਹੜੀਆਂ ਉਹ ਚੀਜ਼ਾਂ ਨੇ ਜੇ ਬੰਦਾ ਬਿਮਾਰ ਹੁੰਦਾ ਸਾਡਾ ਪੰਜਾਬ ਵੀ ਬਹੁਤ ਸਾਰੇ ਪੱਖਾਂ ਤੋਂ ਬਿਮਾਰ ਆਗਾ ਬਹੁਤ ਸਾਰੇ ਜਿਹੜੀਆਂ ਅਲਾਮਤਾਂ ਲੱਗੀਆਂ ਨੇ ਉਹ ਅਸੀਂ ਸਾਰਿਆਂ ਨੇ ਰਲ ਮਿਲ ਕੇ ਠੀਕ ਕਰਨੀਆਂ ਨੇ ਸੀਰੀਅਸ ਹੋ ਕੇ ਸੁਹਿਰਦ ਹੋ ਕੇ ਇਹ ਗੱਲਾਂ ਨੂੰ ਉਹ ਮੌਕੇ ਨਾ ਬਣਾਓ ਕਿ ਆ ਇੰਨਾ ਵਧੀਆ ਮੌਕਾ ਆ ਗਿਆ ਵਰਤਨ ਵਾਲਾ ਇਹ ਮੈਂ ਕਿਉਂ ਛੱਡਦਾ ਵਰਤਲਾ ਹੁਣ ਕਿਸੇ ਦੇ ਖਿਲਾਫ ਵਰਤਲਾ ਇਹ ਜਿਹੜੀਆਂ ਚੀਜ਼ਾਂ ਨੇ ਹੱਥ ਬੰਨ ਕੇ ਬੇਨਤੀ ਆ ਸਾਰੇ ਇਕੱਠੇ ਹੋ ਔਰ ਸਾਰੇ ਇਕੱਠੇ ਹੋ ਕੇ ਆਪਾਂ ਕਿਸੇ ਹਲ-ਵਲ ਤੁਰੀਏ ਆਪਾਂ ਸਿਰ ਜੋੜ ਕੇ ਬੈਠੀਏ